ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ ਇਹ ਬਹੁਤ ਵੱਡੀ ਇਥੇ ਅੰਨ ਦੀ ਮੇਰੀ ਜਾਚ ਸੰਕਟ ਪੈ ਸਕਦਾ ਹੈ ਜੇ ਗੱਲ ਨਾ ਬਣੀ ਉਹ ਕਿੱਦਾਂ ਦਾ ਪਟਟ ਪਟੇ ਲੈ ਆਏ ਦੇ ਆਪ ਜਾ ਕੇ ਉਹਨੂੰ ਨੋਟ ਕੀ ਕਰਗੇ ਕਰਗੇ ਹਾਂ ਲੈਉਣੇ ਪੈਦੇ ਪਟਟ ਪਟੇ ਲੈ ਆਏ ਦੇ ਫਸਲ ਮਾਰੇ ਪਟੇ ਪਾਦ ਦੇ ਕੋਲ ਕੇ ਆਪ ਤੇ ਲੈ ਲੈਨੇ ਆ ਲੈਨੇ ਹਾਂ ਇਹ ਕਰਕੇ ਉਹ ਗੁੰਡਾ ਗੱਡਾ ਕਰਦਾ ਹੋਰ ਵੀ ਬੰਦੇ ਤਾਂ ਥਿਆ ਕਰੀ ਸਾਰੇ ਘਰਾਂ ਦੇ ਭੇਜੇ ਹੋ ਜੀ ਦੋ ਟਰਾਲੀਆਂ ਸਾਰੇ ਪਿੰਡੋਂ ਕਈਆਂ ਜੀ ਹੋਰ ਅਸੀਂ ਵੀ ਜਾ ਰਹੇ ਹਾਂ ਜੀ ਪਰਸੋਂ ਨੂੰ ਵਾਪਸ ਉਹਨਾਂ ਦੇ ਮਗਰ ਜਾ ਰਹੇ ਹਾਂ ਜੀ ਜਿਨ੍ਹਾਂ ਨੇ ਆਉਣਾ ਉਹ ਆ ਜਾਣਗੇ ਬਾਕੀ ਅਸੀਂ ਉੱਥੇ ਰਹਿ ਪੈ ਗਏ ਅੱਛਾ 4 ਵਜੇ ਹੋਰ ਕੀ ਕਰਦੇ 4 ਵਜੇ ਫਿਰ ਉੱਠ ਕੇ ਪਸ਼ੂਆਂ ਨੂੰ ਵੀ ਸੰਭਣਾ ਹੁੰਦਾ ਸਾਰਾ ਕੁਝ ਧਾਰਾਂ ਤਾਂ ਲੋਕ ਵੀ ਚੋਣੇ ਹੁੰਦੀ ਆ ਹੋਰ ਸਾਰਾ ਬਾਹਰਲਾ ਖੇਤਬਾਹਰ ਵੀ ਕਰਨਾ ਪੈਂਦਾ ਸਾਰਾ ਕੁਝ ਹੀ ਕਰਨਾ ਪੈਂਦਾ ਤੇ ਅਸੀਂ ਪਰ ਜਿਹੜੇ ਕਿਸਾਨ ਉੱਥੇ ਗਏ ਹੋਏ ਉਹਨਾਂ ਦੇ ਨਾਲ ਕੰਮ ਕਰਾ ਰਹੇ ਹਾਂ ਉਹਨਾਂ ਦੇ ਖੇਤਾਂ ਵਿੱਚ ਰਲ ਮਿਲ ਕੇ ਫੇਰ ਉਹ ਆ ਜਾਣਗੇ ਜੀ ਅਸੀਂ ਚਾਹਵਾਂਗੇ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਬਬੀਤਾ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਅੱਜ ਆਏ ਹਾਂ ਮੋਗਾ ਦੇ ਪਿੰਡ ਤੁਸੀਂ ਦੇਖ ਸਕਦੇ ਹੋ ਪਹਿਲਾਂ ਬੋਰਡ ਤੁਹਾਨੂੰ ਦਿਖਾ ਦਈਏ ਤੱਲੇ ਕੇ ਫਕਰ ਬਾਬਾ ਦામੂ ਸ਼ਾਹੀ ਜੀ ਦੀ ਬੁੱਕਲ ਦੇ ਵਿੱਚ ਇਹ ਵਸਿਆ ਹੋਇਆ ਪਿੰਡ ਇਤਿਹਾਸਿਕ ਪਿੰਡ ਜਿੱਥੇ ਕਿ ਲੋਕ ਆਉਂਦੇ ਨੇ ਬੋਰਡ ਤੁਸੀਂ ਦੇਖ ਸਕਦੇ ਹੋ ਲੋਹਾਰਾ ਔਰ ਨਾਲ ਹੀ ਨਾਲ ਤੱਲੇ ਕੇ ਪਿੰਡ ਸ਼ੁਰੂਆਤ ਅਸੀਂ ਇੱਥੋਂ ਕੀਤੀ ਹੈ ਅੱਜ ਅਸੀਂ ਸਭ ਜਾਣਦੇ ਆ ਕਿ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਹੈ ਔਰ ਲੋਕ ਜਿਹੜੇ ਨੇ ਕਿਸਾਨ ਨੇ ਸਾਡੇ ਕਿਸਾਨ ਵੀਰ ਉਹ ਦਿੱਲੀ ਦੇ ਵਿੱਚ ਬੈਠੇ ਨੇ ਜੰਗ ਲੜ ਰਹੇ ਨੇ ਇੱਕ ਤਾਂ ਕਿ ਸਾਡਾ ਖੇਤੀ ਕਾਨੂੰਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਉਹਨਾਂ ਦੇ ਹੱਕਾਂ ਦੀਆਂ ਗੱਲਾਂ ਹੋਣ ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਸਾਥ ਹੈ ਪਿੰਡ ਦੀ ਸੱਤ ਪਿੰਡ ਦੀ ਅੱਜ ਸੁੰਨੀ ਹੈ ਕਾਰਨ ਕਿਉਂਕਿ ਪਿੰਡ ਦੇ ਜਿਹੜੇ ਲੋਕ ਨੇ ਉਹ ਗਏ ਹੋਏ ਨੇ ਦਿੱਲੀ ਪਹੁੰਚੇ ਹੋਏ ਨੇ ਇਸ ਸੱਤ ਦੇ ਵਿੱਚ ਕਿਸੇ ਟਾਈਮ ਬੈਠ ਕੇ ਜਿਹੜੇ ਬਜ਼ੁਰਗ ਨੇ ਉਹ ਖੇលਦੇ ਹੁੰਦੇ ਸੀ ਤਾਸ਼ ਖੇលਦੇ ਸੀਗੇ ਔਰ ਗੱਲਾਂ ਬਾਤਾਂ ਕਰਦੇ ਸਨ ਸੋ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਇਸ ਸੱਤ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੱਤ ਹੈ ਜਿਹੜੀ ਹੁਣ ਇਸ ਟਾਈਮ ਸੁੰਨੀ ਪਈ ਹੈ ਪਿੰਡ ਦਾ ਮਾਹੌਲ ਵੀ ਤੁਸੀਂ ਵੇਖ ਸਕਦੇ ਹੋ ਕਿ ਬਾਹਲਾ ਪਿੰਡ ਦੇ ਵਿੱਚ ਸਾਨੂੰ ਰੌਣਕ ਵੇਖਣ ਨੂੰ ਨਹੀਂ ਮਿਲਦੀ ਉਹਦਾ ਰੀਜ਼ਨ ਇਹੀ ਆ ਕਿ ਜਿਹੜੇ ਪਿੰਡ ਦੇ ਲੋਕ ਨੇ ਉਹ ਜ਼ਿਆਦਾਤਰ ਦਿੱਲੀ ਪਹੁੰਚੇ ਹੋਏ ਨੇ ਸੋ ਅੱਜ ਬੜਾ ਵੱਡਾ ਦਿਨ ਹੈ ਕਿਉਂਕਿ ਅੱਜ ਕੇਂਦਰ ਦੇ ਨਾਲ ਮੀਟਿੰਗ ਵੀ ਹੈ ਅੱਜ ਫੈਸਲਾ ਵੀ ਹੋਣਾ ਹੈ ਕਿ ਕੀ ਬਣਦਾ ਹੈ ਇਸ ਮੀਟਿੰਗ ਦੇ ਵਿੱਚ ਸੋ ਅੰਦਰ ਲੈ ਕੇ ਚੱਲਦੇ ਹਾਂ ਇਹ ਵੀ ਇਹਨੂੰ ਵੀ ਤੁਸੀਂ ਸਾਥੀ ਕਹਿ ਸਕਦੇ ਹੋ ਲੇਕਿਨ ਇਹ ਪੂਰੀ ਛੱਤੀ ਹੋਈ ਆ ਕਾਰਨ ਇਹ ਕਿ ਜਿਹੜੇ ਬਜ਼ੁਰਗ ਨੇ ਉਹ ਆਰਾਮ ਦੇ ਨਾਲ ਅੰਦਰ ਬੈਠ ਸਕਦੇ ਨੇ ਸੋ ਪਿੰਡ ਦੀ ਸਾਥ ਅੰਦਰ ਜਾ ਕੇ ਕਰਦੇ ਆਂ ਗਲਬਾਤ ਸੋ ਬਜ਼ੁਰਗੋ ਸਾਹਿਬੀ ਕਾਲ ਸਭ ਤੋਂ ਪਹਿਲਾਂ ਦਾ ਸੋ ਵੇਖ ਸਕਦੇ ਹੋ ਤੁਸੀਂ ਅੰਦਰ ਦਾ ਮਾਹੌਲ ਸੱਤ ਦੇ ਔਰ ਗਲਬਾਤ ਅਸੀਂ ਕਰਦੇ ਆਂ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸੱਤ ਜਿਹੜੀ ਹੈ ਬੜੀ ਰੌਣਕ ਹੁੰਦੀ ਸੀਗੀ ਬਾਹਰ ਲੇਕਿਨ ਹੁਣ ਪਿੰਡ ਦੇ ਜਿਹੜੇ ਬਜ਼ੁਰਗ ਨੇ ਸਾਡੇ ਵੀਰ ਨੇ ਉਹ ਦਿੱਲੀ ਦੇ ਵਿੱਚ ਬੈਠੇ ਨੇ ਕੀ ਲੱਗਦਾ ਆ ਕਿ ਅੱਜ ਕੇਂਦਰ ਦੇ ਨਾਲ ਮੀਟਿੰਗ ਵੀ ਆ ਕਿ ਕੋਈ ਨਾ ਕੋਈ ਸੱਟਾ ਨਿਕਲੇਗਾ ਖਿਆਲ ਆ ਜੀ ਸਰਕਾਰ ਵੀ ਸਿਆਣੀ ਆ ਸਾਡੇ ਬਾਕੀ ਜਿਹੜੇ ਅੱਗੇ ਆਗੂ ਲਾਇਓ ਉਹ ਵੀ ਚੰਗੇ ਆ ਜਾਇਜ਼ ਮੰਗਾਂ ਤੇ ਸੱਟਾ ਨਿਕਲਣਾ ਚਾਹੀਦਾ ਵੀ ਆ ਸਾਡਾ ਜਾਨੀ ਇਹ ਵਿਚਾਰ ਆ ਵੀ ਜਿਸ ਹਿਸਾਬ ਨਾਲ ਲੋਕੀ ਉੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਨਾ ਤੇ ਕਿਸੇ ਵੀ ਹਰਕਤ ਤੋਂ ਖਰੇਕ ਨੂੰ ਰੋਕ ਦੇ ਕੋਈ ਮਾੜੀ ਮੋਟੀ ਹੋ ਜੇ ਕੁਝ ਕਹਿ ਨਹੀਂ ਸਕਦੇ ਉਸ ਹਸਾਬ ਨਾਲ ਤਾਂ ਇਹਦੋਂ ਪਹਿਲਾਂ ਹੀ ਸੱਟਾ ਨਿਕਲਣਾ ਚਾਹੀਦਾ ਸੀ ਵੀ ਇਹ ਜਾਇਜ਼ ਸ਼ਾਂਤੀ ਨਾਲ ਬੈਠੇ ਆ ਜਾਇਜ਼ ਮੰਗਤੇ ਬੈਠੇ ਆ ਬਾਈ ਇਹਨਾਂ ਕਹਿਣਾ ਚਾਹੁੰਦੇ ਜੀ ਤੇ ਤੁਸੀਂ ਨਹੀਂ ਸੋਚਿਆ ਕਿ ਮੈਂ ਵੀ ਦਿੱਲੀ ਨੂੰ ਜਾਵਾਂ ਹੈ ਤਾਂ ਜੀ ਅਸੀਂ ਵੀ ਲੋਚਦੇ ਆ ਪਰ ਅਸੀਂ ਹੁਣ ਗੋਡੇ ਦੁਖਦੇ ਆ ਢਿੱਲੇ ਮਸਰੇ ਨੇ ਜਾ ਨਹੀਂ ਸਕਦੇ ਪਰ ਅਸੀਂ ਆਮ ਲੋਕਾਂ ਨੂੰ ਸ਼ਾਹ ਕਰਦੇ ਨੌਜਵਾਨਾਂ ਨੂੰ ਜਿਹੜੇ ਘਰੋਂ ਦੋ ਤਿੰਨ ਭਰਾ ਵੀ ਇਕੱਜਾ ਜਰੂਰ ਜਾ ਕੇ ਇਸ ਵਿੱਚ ਹਿੱਸਾ ਪਾਉ ਇਕੱਠ ਦੇ ਵਿੱਚ ਜਾ ਕੇ ਜਾਨੀ ਆਪਦਾ ਇੱਕ ਸ਼ਕਤੀ ਪ੍ਰਦਰਸ਼ਨ ਨਾ ਕਹੀਏ ਨੂੰ ਆਪਾਂ ਇੱਕ ਨਾ ਰੋਸ ਵੀ ਨਹੀਂ ਕਹਿ ਸਕਦੇ ਇੱਕ ਮੰਗ ਦੇ ਰੂਪ ਚ ਕਹਿ ਸਕਦੇ ਹਾਂਜੀ ਅੱਛਾ ਇੱਕ ਸਵਾਲ ਇਹ ਵੀ ਆ ਕਿ ਬਾਪੂ ਜੀ ਜਿਵੇਂ ਉੱਥੇ سے پانچ ویسے اوتھے شہید ہو چکے ਨੇ ਸਾਡੇ پانچ لوگ ਜਿਹੜੇ ਉਥੇ شہید ہو چکے ਨੇ کل ہی ایک دی ریڈ باڈی 아이 ਆ ہاں جی ਤਾਂ ਕੀ ਲੱਗਦਾ ਆ ਕਿ ਕਿਤੇ ਨਾ ਕਿਤੇ ਕੇਂਦਰ ਨੂੰ ਇਹ ਚੀਜ਼ਾਂ ਮੰਨਣੀਆਂ ਚਾਹੀਦੀਆਂ ਕਿ ਸਾਡੇ ਉਥੇ ਜਿਹੜੇ ਗਏ ਨੇ ਲੋਕ ਕਿਸਾਨ ਗਏ ਨੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕਰਕੇ ਕਿ ਉਹ ਉਹਨਾਂ ਦੀ ਮੌਤ ਹੋ ਰਹੀ ਹੈ ہاں جی ਇਹਦੇ ਬਾਰੇ ਅਸੀਂ ਇਹ ਕਹਿਣ ਚਾਹੁੰਦੇ ਜੀ ਵੇਖੋ ਕਈ ਬੰਦੇ ਜਾ ਵੜਦੇ ਆ ਇਕੱਠ ਬਹੁਤ ਜਿਆਦੇ ਹੁੰਦਾ ਉਹਦੇ ਵਿੱਚ ਹੋ ਸਕਦਾ ਵੀ ਸਮੇਂ ਸਿਰ ਕੋਈ ਸਰਕਾਰ ਨੇ ਉਹਨਾਂ ਨੂੰ ਸਹੂਲਤ ਦਿੱਤੀ ਹੋਵੇ ਜਾਂ ਦਵਾਈ ਬੂਟੀ ਕਿਤੇ ਪਛਾਣ ਰੋਕਦੀ ਹੋਵੇ ਜਾਂ ਕੋਈ ਕਈ ਬੰਦੇ ਕੋਈ ਕਿਸੇ ਤਕਲੀਫ ਤੇ ਪੀੜਤ ਹੁੰਦੇ ਜਿਵੇਂ ਮੈਂ ਬਾਲਾ ਬੋਲ ਨਹੀਂ ਸਕਦਾ ਹੁਣ ਤਾਂ ਮੈਂ ਚਲ ਗੱਲ ਕਰ ਹੀ ਜਾਣਾ ਇਸ ਤਰ੍ਹਾਂ ਇਹ ਜਾ ਹੋ ਸਕਦਾ ਪਰ ਉਹਨਾਂ ਦੀ ਵੀ ਇਹ ਅਜਾਈ ਨਹੀਂ ਜਾਣੀ ਚਾਹੀਦੀ ਜਿਹੜੀ ਉਹਨਾਂ ਨੇ ਇੱਕ ਸਮਝ ਲਓ ਸਾਰੇ ਦੇਸ਼ ਦੀ ਖਾਤ ਭਲੇ ਦੀ ਖਾਤਰ ਚਾਹੇ ਉਹ ਸਰੀਰ ਛੱਡ ਗਿਆ ਤੇ ਸਾਡੇ ਹਿਸਾਬ ਤੇ ਤਾਂ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੀ ਬਾਰੇ ਵੀ ਕੁਛ ਨਾ ਕੁਛ ਸਹੀ ਢੰਗ ਨਾਲ ਕੁਛ ਨਾ ਕੁਛ ਉਹਨਾਂ ਨੂੰ ਮਾਲੀ ਸਹੈਤਾ ਜਾਂ ਜੋ ਜੀ ਵੀ ਕੋਈ ਸਿਆਣੀ ਬਣਦੀ ਆ ਉਹ ਹੱਕ ਸਰਕਾਰ ਦਾ ਦੇਣਾ ਦਾ ਹਾਂਜੀ ਤੇ ਕਿਸਾਨਾਂ ਦਾ ਹੱਕ ਵੀ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਕਿਸਾਨਾਂ ਦੇ ਸਿਰ ਤੇ ਸਾਰਾ ਦੇਸ਼ ਖੜਾ ਜੇ ਇਹਹੀ ਵਿਗੜ ਜਿਵੇਂ ਜੱਟ ਨਾਲ ਸੀਰੀ ਵਿਗੜ ਜੇ ਨਾ ਤੇ ਖੇਤੀ ਅੱਧੀ ਰਹਿ ਜਾਂਦੀ ਆ ਇੱਕ ਆਧਾਰਨ ਆ ਇਹ ਹੁਣ ਜੇ ਜੱਟ ਉੱਥੋਂ ਫਿੱਕੇ ਹੋ ਕੇ ਮੁੜਦੇ ਆ ਇਨਾਂ ਦਾ ਫਿਰ ਗਾਂ ਤੋਂ ਵਿਸ਼ਵਾਸ ਨਹੀਂ ਰਹਿਣਾ ਫਿਰ ਕੋਈ ਨਾ ਕਿਸੇ ਬਾਹਰਲੇ ਦੇ ਸਾਨੂੰ ਭੱਜਣਗੇ ਇਹ ਬਹੁਤ ਵੱਡੀ ਇਥੇ ਅੰਨ ਦੀ ਮੇਰੀ ਜੱਚ ਸੰਕਟ ਪੈ ਸਕਦਾ ਜੇ ਇਹ ਗੱਲ ਨਾ ਬੜੀ ਕਿਉਂਕਿ ਤੁਸੀਂ ਠੀਕ ਹੁੰਦੇ ਤਾਂ ਤੁਸੀਂ ਵੀ ਜ਼ਰੂਰ ਜਾਂਦੇ ਹਾਂਜੀ ਬਾਬਾ ਜੀ ਇਹਨਾ ਹੁਣ ਸਰਪੰਚ ਸਾਹਿਬ ਬੈਠੇ ਆ ਬਿਲਕੁਲ ਸੋ ਇਹਨਾਂ ਦਾ ਕਹਿਣਾ ਹੈ ਕਿ ਅਗਰ ਮੈਂ ਠੀਕ ਹੁੰਦਾ ਤਾਂ ਮੈਂ ਵੀ ਆਪਣਾ ਯੋਗਦਾਨ ਦਿੰਦਾ ਜ਼ਰੂਰ ਜਾਂਦਾ ਤੁਹਾਡੇ ਪਰਿਵਾਰ ਚੋਂ ਕੋਈ ਗਿਆ ਦਿੱਲੀ ਹਾਂ ਗਿਆ ਜੀ ਗਿਆ ਕਿੰਨੇ ਮੈਂਬਰ ਗਏ ਨੇ ਆਪਣਾ ਮੁੰਡਾ ਵੱਡਾ ਗਿਆ ਜੀ ਮੇਰਾ ਅੱਛਾ ਹਾਂ ਮੈਂ ਕਰ ਰਿਹਾ ਫਿਰ ਹਾਂ ਹਾਂ ਬਾਦ ਵਿੱਚ ਘਰ ਵੀ ਕੋਈ ਰਹਿਣਾ ਜ਼ਰੂਰੀ ਹੈ ਕਿਉਂਕਿ ਇੱਕ ਹਰ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਜ਼ਰੂਰ ਗਿਆ। ਹਾਂ, ਗਿਆ ਗਿਆ ਗਿਆ। ਤੇ ਘਰ ਦਾ ਫਿਰ ਕੰਮ-ਕਾਰ ਜਿਹੜਾ ਹੈ ਉਹ ਕਰਦੇ ਸੀਗੇ ਉਹ ਕਿੱਦਾਂ ਹੁੰਦਾ? ਉਹ ਕਿੱਦਾਂ ਦਾ ਪੱਠਾ-ਪੱਠੇ ਲਿਆਈਦੇ ਆਪ ਜਾ ਕੇ ਔਲੀ-ਔਲੀ ਹੋਰ ਕੀ ਕਰੀਗੇ ਜੀ? ਹਾਂ, ਲਿਆਉਣੇ ਪੈਂਦੇ ਆ। ਹੂੰ। ਪੱਠੇ-ਪੱਠੇ ਲਿਆਈਦੇ ਪਸੋਂ ਮਾਰੇ-ਪੁੱਟੇ ਪਾ ਦੇਦੇ ਕੁਦਰ ਕੇ। ਆਪ ਕਿ ਲੈ ਰਹੇ ਨੇ? ਹੂੰ। ਹਾਂ, ਇਹ ਕਰਕੇ ਉਹ ਮੁੰਡਾ ਕਰ ਲਿਆ ਫਿਰ। ਅੱਛਾ। ਕੀ ਲੱਗਦਾ ਹੈ ਕਿ ਪਿੰਡ 'ਚ ਪਹਿਲਾਂ ਬੜੀ ਰੌਣਕ ਹੁੰਦੀ ਸੀ ਤਾਂ ਹੁਣ ਪਿੰਡ ਹੈ ਜਿਹੜਾ ਸੁੰਨਾ ਲੱਗ ਰਿਹਾ। ਹਾਂ, ਸੁੰਨਾ ਲੱਗ ਰਿਹਾ ਕਿਉਂਕਿ ਲੋਕ ਲੱਖਾਂ ਦੇ ਹਿਸਾਬ ਨਾਲ ਤਾਂ ਉਧਰ ਜਾਂਦੇ ਆ ਤੇ ਫਰਕ ਪੈਣਾ ਪੈਣਾ ਸੁਭਾਅਕ ਤੌਰ ਤੇ ਆ। ਅਤਿ ਸ਼ਾ ਵੀ ਆ ਤੇ ਆਪਦੀ ਜਾਇਜ਼ ਮੰਗ ਨੂੰ ਹਰ ਕੋਈ ਕਹਿੰਦਾ ਵੀ ਮੇਰੀ ਇਹ ਜਿਵੇਂ ਹਣ ਬਹੁਤ ਸਮਾਂ ਹੋ ਗਿਆ ਜਿੱਥੋਂ ਦੇ ਮੋਰਚੇ ਵਾਲਿਆਂ ਦੀ ਪਲਸਣਾ ਨਹੀਂ ਸੀ ਲੱਗੀਆਂ। ਇੱਥੇ ਚਲੋ ਤਰਖਾਸ਼ਾਂ ਦਿੱਤੀਆਂ ਰਾਜ ਬਦਲੀ ਹੋ ਗਈ ਗੱਲ ਚਿਰਦੀ ਆ। ਇੱਥੇ ਬਾਦਲ ਸਾਹਿਬ ਨੂੰ ਉਹਨਾਂ ਪੰਜ ਸੱਤਾਂ ਬਜ਼ੁਰਗਾਂ ਨੇ ਕਿਹਾ ਜੀ ਸਾਡੀ ਆ ਜਾਇਜ਼ ਮੰਗ ਆ। ਉਦੋਂ ਰਾਜ ਐਮਰਜੈਂਸੀ ਤੋਂ ਬਾਅਦ ਅਕਾਲੀ ਦਲ ਦਾ ਆਇਆ। ਉਹਨਾਂ ਨੇ 2 ਮਹੀਨਾ ਤੋਂ ਪਹਿਲਾਂ ਪਿਛਲਾ ਬਕਾਇਆ ਤੇ 나ੜ ਲਾਤੀ ਕਿਉਂਕਿ ਉਹ ਜਾਇਜ ਮੰਗਤੇ ਗਏ ਸੀ ਹੁਣ ਇਹ ਵੀ ਜਾਇਜ ਮੰਗੀ ਆ ਰਕਮ ਦੇ ਨਾਲ ਤੇ ਹੁਣ ਅੱਗੇ ਵੀ ਗਿਆ ਸਰਕਾਰ ਵੇਖੋ ਕਿਸ ਰੁੱਖ ਚੁੱਤਰੀ ਕੀ ਲੱਗਦਾ ਜਿੱਤ ਕੇ ਆਉਣਗੇ ਸਾਡਾ ਤਾਂ ਵਿਸ਼ਵਾਸ ਆ ਜਿੱਥੇ ਏਕੇ ਨਾਲ ਬਹਿ ਗਏ ਨਾ ਤੇ ਸਰਕਾਰ ਜ਼ਰੂਰ ਹੀ ਕੁਛ ਨਾ ਕੁਛ ਇਹਨਾਂ ਦੇ ਪੱਲੇ ਪਾਊਗੀ ਹੂੰ ਬਿਲਕੁਲ ਸੋਨਾਲੀ ਨਾਲ ਪਿੰਡ ਦੇ ਸਾਬਕਾ ਸਰਪੰਚ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਆਂ ਤੁਹਾਡਾ ਕੀ ਕਹਿਣਾ ਹੈ ਕਿ ਅੱਜ ਮੀਟਿੰਗ ਹੈ ਪੂਰੀ ਮੈਦ ਆ ਜੀ ਅੱਜ ਨਿਬੜ ਜਾਊਗਾ ਕਰ ਜਿੱਥੇ ਬੰਦੀਆਂ ਆਪਸ ਵਿੱਚ ਮੀਟਿੰਗ ਵੀ ਹੋ ਗਈ ਆ ਸਰਕਾਰ ਦੀ ਵੀ ਆਪਸ ਵਿੱਚ ਮੀਟਿੰਗ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀਗਾ ਪੂਰੀ ਮੈਸ ਦਾ ਵੀ ਅੱਜ ਕੋਈ ਸਿਰੇ ਗੱਲ ਲੱਗੂਗੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਚੋਂ ਕੋਈ ਗਿਆ ਜਾਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਨਹੀਂ ਗਏ ਦਿੱਲੀ ਤੇ ਮੇਰਾ ਬ੍ਰਦਰ ਗਿਆ ਜੀ ਸਾਡਾ ਟਰੈਕਟਰ ਵੀ ਸਾਡਾ ਗਿਆ ਹੋਇਆ ਜੀ ਹੋਰ ਵੀ ਬੰਦੇ ਸਥਾ ਕਰਕੇ ਸਾਰੇ ਘਰਾਂ ਦੇ ਭੇਜੇ ਹੋਏ ਜੀ ਦੋ ਟਰਾਲੀਆਂ ਸਾਰੇ ਪਿੰਡੋਂ ਗਈਆਂ ਜੀ ਹੋਰ ਅਸੀਂ ਵੀ ਜਾ ਰਹੇ ਹਾਂ ਜੀ ਪਰਸੋਂ ਨੂੰ ਵਾਪਸ ਉਹਨਾਂ ਦੇ ਮਗਰ ਜਾ ਰਹੇ ਹਾਂ ਜੀ ਜਿਨ੍ਹਾਂ ਨੇ ਆਉਣਾ ਉਹ ਆ ਜਾਣਗੇ ਬਾਕੀ ਅਸੀਂ ਉੱਥੇ ਰਹੇ ਪਾਂਗੇ ਜੀ ਵਾਰੀ ਸਰ ਜਾ ਤੁਰ ਜਾਵਾਂਗੇ ਜੀ ਉੱਥੇ ਕਿਉਂਕਿ ਉਹਨਾਂ ਦਾ ਮੋਰਚਾ ਲੰਮਾ ਵੀ ਪੈ ਸਕਦਾ ਜੀ ਇਸ ਤਰ੍ਹਾਂ ਵੀ ਵਾਰੀ ਸਰ ਜਾਵਾਂਗੇ ਸਾਰੇ ਜੀ ਕੀ ਲੱਗਦਾ ਕਿ ਇਸ ਪਿੰਡ ਦੇ ਵਿੱਚੋਂ ਕਿੰਨੀਆਂ ਟਰਾਲੀਆਂ ਗਈਆਂ ਕਿੰਨੇ ਕੁ ਲੋਕ ਆਪਣਾ ਖਾਣਾ-ਦਾਣਾ ਜਿਹੜਾ ਨਾਲ ਲੈ ਕੇ ਗਏ ਨੇ ਖਾਣਾ-ਦਾਣਾ ਰਾਸ਼ਨ ਤਾਂ ਬਹੁਤ ਜ਼ਿਆਦਾ ਲੱਗੇ ਦੋ ਟਰਾਲੀਆਂ ਗਈਆਂ ਜਾਂ ਕੈਂਟਰ ਗਿਆ ਜੀ ਤੇ ਹੋਰ ਵੀ ਬੰਦੇ ਜਾਣ ਨੂੰ ਤਿਆਰ ਬੈਠੇ ਆ ਜੀ ਉਹ ਅੱਜ ਦੀ ਡੀਗਰੀ ਸੀ ਵੀ ਅੱਜ ਇਹ ਫੈਸਲਾ ਹੋ ਗਿਆ ਤਾਂ ਠੀਕ ਹੈ ਤੇ ਨਹੀਂ ਅਸੀਂ ਫਿਰ ਜਾਵਾਂਗੇ ਮਗਰ ਰਾਸ਼ਨ ਤਾਂ ਬਹੁਤ ਜ਼ਿਆਦਾ ਜਾ ਰਿਹਾ ਜੀ ਬਾ ਸਾਡੇ ਐਨ ਆਰ ਆਈ ਆ ਉਹ ਵੀ ਸਾਨੂੰ ਪੈਸੇ ਭੇਜਣ ਲੱਗ ਗਿਆ ਵੀ ਵੱਧ ਤੋਂ ਵੱਧ ਰਾਸ਼ਨ ਨੂੰ ਕਿਸੇ ਕੋਲ ਟੋਟ ਨਾ ਵੇਥੇ ਆਵੇ ਜੀ ਵੀ ਵੱਧ ਤੋਂ ਵੱਧ ਲੈ ਕੇ ਜਾਓ ਸਮਾਨ ਜੀ ਬਿਲਕੁਲ ਨਦਰ ਠੀਕ ਹੈ ਕਹਿਣਾ ਕਿ ਕਿਸੇ ਗੱਲੋਂ ਕੋਈ ਥੋੜ੍ਹਾ ਨਾ ਆਵੇ ਜਿਹੜਾ ਰਾਸ਼ਨ ਹੈ ਉਹ ਪੂਰੀ ਤਰ੍ਹਾਂ ਰਵੇ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਗੱਲਬਾਤ ਹੈ ਜਿਹੜੀ ਉਹ ਪਿੰਡ ਦੇ ਲੋਕਾਂ ਨਾਲ ਕਰ ਰਹੇ ਹਾਂ ਸੱਥ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਬਜ਼ੁਰਗ ਸੱਤ ਦੇ ਵਿੱਚ ਬੈਠੇ ਨੇ ਹੂੰ ਸੋ ਤੁਸੀਂ ਵੇਖ ਸਕਦੇ ਹੋ ਕਿ ਸੱਤ ਦੇ ਅਸੀਂ ਅੰਦਰ ਆ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਸੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗੀ ਕਿ ਇੱਧਰ ਜ਼ਰੂਰ ਆਓ ਸੋ ਨਾਲ ਨੌਜਵਾਨ ਵੀ ਹੈ ਸਾਡੇ ਨਾਲ ਪਲੀਜ਼ ਤੁਸੀਂ ਇੱਧਰ ਆ ਜਾਓ ਇੱਕ ਵਾਰ ਵੇਖ ਸਕਦੇ ਹੋ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਬੜਾ ਸੋਹਣਾ ਆ ਇਹ ਪਿੰਡਾਂ ਦੀ ਹਵਾ ਬਹੁਤ ਸੋਹਣਾ ਮੌਸਮ ਹਵਾ ਬੜੀ ਠੰਡੀ ਚੱਲ ਰਹੀ ਹੈ ਔਰ ਪਿੱਛੇ ਦੇਖ ਸਕਦੇ ਹੋ ਦੂਰ ਤੱਕ ਜਿਹੜੀ ਆ ਇਹ ਇਹਨੂੰ ਕੀ ਕਹਿੰਦੇ ਆ ਵੈਸੇ ਮੈਡਮ ਪਿੰਡ ਦਾ ਛੱਪੜ ਹੈ ਜੀ ਇਹ ਬਹੁਤ ਪੁਰਾਣਾ ਜੀ ਝੀਲ ਕਹਿ ਸਕਦੇ ਆ ਆਪਾਂ ਬਹੁਤ ਹਵਾ ਬਹੁਤ ਵਧੀਆ ਸਾਫ ਪਾਣੀ ਆ ਅੱਛਾ ਇੱਥੇ ਪਹਿਲਾਂ ਇੱਧਰ ਵੀ ਹੈ ਇੱਧਰ ਗੰਦਾ ਪਾਣੀ ਕਰਦਾ ਇੱਧਰ ਸਾਫ ਕਰਦਾ ਪਿੰਡ ਚ ਪੁਰਾਣਾ ਛੱਪੜ ਆ ਜੀ ਇਹ। ਅੱਛਾ। ਅੱਛਾ ਤੁਸੀਂ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦਿੱਲੀ ਨਹੀਂ ਗਏ। ਨਹੀਂ ਮੈਡਮ ਗਏ ਸੀ ਅਸੀਂ ਦਿੱਲੀ ਰਾਚਨਪੱਤਾ ਦੇ ਕੇ ਆਏ ਆ ਜਿੰਨਾਂ ਨੂੰ ਲੋਡ ਸੀਗੀ ਉੱਥੇ ਅਸੀਂ ਕੈਂਟਰ ਲੈ ਗਏ ਸੀਗੇ। ਤੇ ਹੁਣ ਝਾਕ ਆ ਵੀ ਜੇ ਅੰਦੋਲਨ ਅਸੀਂ ਚੱਲੀ ਜਾਊਗਾ ਤੇ ਅਸੀਂ ਜਦੋਂ ਲੋਡ ਪਾਉਗੇ ਸੀ ਫੇਰ ਜਾਵਾਂਗੇ 11 ਤਰੀਕ ਤੱਕ ਹੋ ਸਕਦਾ ਵੀ ਅਸੀਂ ਇੱਕ ġੇੜਾ ਫੇਰ ਲਾਈਏ। ਜਿੰਨੀ ਕੁ ਲੋਡ ਹੋਈ ਗਈ ਅਸੀਂ ਜ਼ਰੂਰ ਉੱਥੇ ਵੱਦ ਚੜ ਕੇ ਹਿੱਸਾ ਦੇਵਾਂਗੇ। ਸਾਡੇ ਨੌਜਵਾਨ ਪਿੰਡ ਚ ਜਿਹੜੇ ਹੈਗੇ ਆ ਨੌਜਵਾਨਾਂ ਨੇ ਚੱਕਿਆ ਵਾ ਮੁੱਦਾ ਵੀ ਅਸੀਂ ਜਰੂਰ ਜਾਵਾਂਗੇ ਤੇ ਹੋਰ ਅਸੀਂ ਬਾਅਦ ਚੜ ਕੇ ਹਿੱਸਾ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿੰਨੇ ਕੁ ਨੌਜਵਾਨ ਹੈ ਜਿਹੜੇ ਆਪਣੇ ਪਿੰਡ ਚੋਂ ਗਏ ਨੇ ਪਿੰਡ ਦੇ ਵਿੱਚ 30 35 ਜਾਣੇ ਗਏ ਹੋਏ ਆ ਜੀ ਤੇ ਬਾਕੀ ਜੀ ਵਾਰੀ ਸੈਰ ਜਿਹੜੋਂ ਐ ਜਿਵੇਂ ਆਈ ਜਾਣਗੇ ਜਾਈ ਜਾਣਗੇ ਜੀ ਜਣੀ ਉਹਨਾਂ ਦੇ ਨਾਲ ਹਿੱਸਾ ਅਸੀਂ ਜਰੂਰ ਬੰਨਦੇ ਰਵਾਂਗੇ ਜੀ ਤੇ ਜਿਹੜਾ ਸਾਡਾ ਤੱਕਾ ਹੋ ਰਿਹਾ ਰੋਕਿਆ ਜਾਵੇ ਜੀ ਕੀ ਲੱਗਦਾ ਹੈ ਕਿ ਤੱਕਾ ਤੁਸੀਂ ਕਹਿ ਰਹੇ ਹੋ ਹੋ ਰਹੇ ਹੋ ਕਿਸ ਟਾਈਪ ਦਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਤੱਕਾ ਹੋ ਰਿਹਾ ਮੈਡਮ ਮੋਦੀ ਸਰਕਾਰ ਜਿਹੜੀ ਆ ਤੁਹਾਨੂੰ ਸਾਰਾ ਸਾਰਿਆਂ ਨੂੰ ਪਤਾ ਕਾਲਾ ਕਾਨੂੰਨ ਚਲਾਈ ਜਾਂਦੀ ਹੈ ਜੀ ਇਹ ਸਾਰੇ ਰੋਟੀ ਖੋਣ ਵਾਲੀ ਗੱਲ ਹੈ ਜੀ ਰੋਟੀ ਖੋਣ ਦੀ ਆ ਤੇ ਉੱਥੇ ਤੁਸੀਂ ਦੇਖਿਆ ਹੀ ਆ ਜੀ ਚਾਰ ਪੰਜ ਮੌਤਾਂ ਹੋ ਗਈਆਂ ਜੀ ਸ਼ਹੀਦ ਸ਼ਹੀਦ ਐਲਾਨ ਕਰ ਸਕਦੇ ਆ ਆਪਾਂ ਜਿਹੜੇ ਪੰਜਾਬ ਦੇ ਖਾਤਰ ਜਾਂ ਦੇਸ਼ ਖਾਤਰ ਇਹ ਕੁਛ ਕੀਤਾ ਤੇ ਉੱਥੇ ਬਹੁਤ ਜ਼ਿਆਦਾ ਬਹੁਤ ਥਾਂ ਥਾਂ ਲੰਗਰ ਲੱਗਿਆ ਜੀ ਕਿਸੇ ਚੀਜ਼ ਦੀ ਘਾਟ ਨਹੀਂ ਗਈ ਉੱਥੇ ਮਹਾਰਾਜ ਨੇ ਸਾਰਿਆਂ ਨੂੰ ਹਿੱਸਾ ਦਿੱਤਾ ਵਾ ਸਾਰਿਆਂ ਨੇ ਉੱਥੇ ਬਾਤ ਚੜ ਕੇ ਸਹਿਯੋਗ ਦਿੱਤਾ ਵਾ ਤੇ ਅੱਗੇ ਵੀ ਆਸ ਆ ਵੀ ਲੋਕ ਐਨ ਆਰ ਆਈ ਵੀਰ ਵੀ ਬਹੁਤ ਇਸ ਗੱਲ ਨਾਲ ਸਹਿਮਤ ਹੈ ਐਨ ਆਰ ਆਈ ਵੀਰ ਵੀ ਬਹੁਤ ਵੱਟ ਚੜ ਕੇ ਹਿੱਸਾ ਪਾਉਂਦੇ ਆ ਬਟ ਇੱਕ ਇੱਕ ਸਵਾਲ ਇੱਥੇ ਵੀ ਤੁਸੀਂ ਨੌਜਵਾਨ ਹੋ ਕਿਹਾ ਜਾਂਦਾ ਹੈ ਕਿ ਆਸਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉੱਥੇ ਨੌਜਵਾਨ ਨੇ ਜਿਹੜੇ ਹੁੱਲੜਵਾਜ਼ੀ ਕਰ ਰਹੇ ਨੇ ਜਿਹਦੇ ਕਰਕੇ ਕਿ ਪ੍ਰੋਟੈਸਟ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਰਿਹਾ ਆ ਔਰ ਇਹੋ ਜੀਆਂ ਹਰਕਤਾਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਬਾਰੇ ਕੀ ਕਹਿੰਦੇ ਆ ਮੈਡਮ ਉੱਥੇ ਸ਼ਾਂਤਮਈ ਹੈਗਾ ਵਾ ਉੱਥੇ ਕੋਈ ਲੜਾਈ ਵਾਲਾ ਕੋਈ ਹੈ ਨਹੀਂਗਾ ਕੋਈ ਸੀਨ ਹੈ ਨਹੀਂਗਾ ਉੱਥੇ ਜਿਹੜਾ ਵੀ ਕੋਈ ਵੀ ਉੱਥੇ ਜਿੱਥੇ ਬੰਦੀਆਂ ਵਾ ਬੈਠੀਆਂ ਵਾ ਸਾਰੇ ਪਹਿਲਾਂ ਤਾਂ ਵੀ ਕੋਈ ਗਲਤ ਕੰਮ ਨਹੀਂ ਕਰ ਰਹੇ ਸਿਰਫ ਆਪਦੇ ਜਿਹੜੇ ਹੱਕ ਹੁੰਦੇ ਆ ਕਿਸਾਨ ਦੇ ਹੱਕ ਹੁੰਦੇ ਆ ਉਹ ਲੈਣ ਲਈ ਬੈਠੇ ਹੋਏ ਆ ਤੇ ਸਾਨੂੰ ਉਮੀਦ ਆ ਵੀ ਇਹ ਜਰੂਰ ਅਸੀਂ ਪਾਸ ਹੋਵਾਂਗੇ ਟੈਸਟ ਦੇ ਵਿੱਚੋਂ ਪਰ ਇੰਨਾ ਜ਼ਿਆਦਾ ਧੱਕਾ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਦੇਖਣਾ ਚਾਹੀਦਾ ਵਾ ਸਾਰਾ ਕੁਝ ਰੋਟੀ ਕਹਾਣੀਆਂ ਕਿੱਦਾਂ ਖਾਣੀਆਂ ਬਿਲਕੁਲ ਕਿਤੇ ਨਾ ਕਿਤੇ ਇਹ ਕਹਿ ਸਕਦੇ ਹੋ ਕਿ ਨੌਜਵਾਨਾਂ ਨੂੰ ਸਮਝ ਆ ਗਈ ਜਿਹੜੀਆਂ ਚੀਜ਼ਾਂ ਦੇ ਬਾਰੇ ਸਾਨੂੰ ਨਹੀਂ ਸੀ ਪਤਾ ਲੇਕਿਨ ਇਸ ਪ੍ਰੋਟੈਸਟ ਤੋਂ ਨੌਜਵਾਨਾਂ ਨੂੰ ਵੀ ਸਮਝ ਆ ਗਈ ਹੈ ਕਿ ਇਹ ਪ੍ਰੋਟੈਸਟ ਖੇਤੀ ਕਾਨੂੰਨ ਖੇਤੀ ਬਿੱਲ ਹੈ ਜਿਹੜੇ ਉਹ ਸਹੀ ਆ ਜਾਂ ਗਲਤ ਹੈ ਉਹ ਤਾਂ ਮੈਡਮ ਹਜੇ ਤੱਕ ਤਾਂ ਗਲਤ ਹੀ ਆ ਜੀ ਗਾਂ ਹੁਣ ਅੰਦੋਲਨ ਚੱਲ ਰਿਹਾ ਜੀ ਸਰਕਾਰ ਆਸ ਆ ਵੀ ਜ਼ਰੂਰ ਦੇਖੂਗੀ ਤੇ ਸਾਰਾ ਪੰਜਾਬ ਇੰਡੀਆ ਸਾਰਾ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਤੇ ਹੋ ਸਕਦਾ ਵੀ ਸਾਡਾ ਹੱਲ ਹੋ ਜਾਵੇ ਜੀ ਕਰਨਾ ਚਾਹੀਦਾ ਸਰਕਾਰਾਂ ਨੂੰ ਹੱਲ ਦੇਖਣਾ ਚਾਹੀਦਾ ਨੌਜਵਾਨ ਹੁਣ ਅਸੀਂ ਪਿੰਡ ਦੇ ਵਿੱਚ ਕਿੰਨੇ ਨੌਜਵਾਨ ਆ ਜਿਹੜੇ ਵਿਹਲੇ ਫਿਰਦੇ ਆ ਕੋਈ ਕੰਮ ਧੰਦਾ ਨਹੀਂ ਕੋਈ ਕੁਛ ਵਾਸਤਾ ਨਹੀਂ ਜੀ ਬਸ ਆਪਦਾ ਹੀ ਦੇਖਦੇ ਆ ਸਾਰਾ ਕੁਝ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਇਹਨਾਂ ਦੀ ਠੀਕ ਗੱਲ ਹੈ ਕਿ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਦੇਖਣਾ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕੰਮ ਜਿਹੜਾ ਆ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਔਰ ਅਗਰ ਖੇਤੀਬਾੜੀ ਦਾ ਕੰਮ ਨਹੀਂ ਹੋਵੇਗਾ ਤੇ ਫਿਰ ਨੌਜਵਾਨ ਜਿਹੜਿਆ ਬਾਹਰ ਨੂੰ ਕੂਚ ਕਰਦੇ ਨੇ ਬਾਹਰ ਨੂੰ ਜਾਣ ਦੀਆਂ ਸੋਚਦੇ ਨੇ ਅਗਰ ਸਾਡੇ ਕੋਈ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੀ ਕੰਮ ਹੈ ਤਾਂ ਸਾਡੀ ਨੌਜਵਾਨ ਪੀੜੀ ਬਾਹਰ ਨਹੀਂ ਜਾਊਗੀ ਨਹੀਂ ਜੀ ਮੁਸ਼ਕਲ ਹੈ ਅੱਛਾ ਜਿਹੜੇ ਹਿਸਾਬ ਨਾਲ ਉਹਨਾਂ ਦਾ ਕੰਮ ਚੱਲ ਰਿਹਾਗਾ ਮੁਸ਼ਕਲ ਹੈ ਕੰਮ ਬੇਸਿਟਾ ਹੀ ਰਹੂਗੀ ਜੇ ਨਿਕਲ ਵੀ ਆਉਗਾ ਕਿ ਬੇਸਿਟਾ ਰਹੂਗੀ ਨਹੀਂ ਪਤਾ ਹੀ ਹੈ ਜੀ ਡਿਸੀਜਨ ਤਾਂ ਪਹਿਲਾਂ ਤੋਂ ਨਾ ਦਾ ਖੱਟਰ ਦੇ ਪਰਿਵਾਰ ਆ ਕੋਈ ਬਾਲ ਬੱਚਾ ਨਾ ਜੋਗੀ ਦੇ ਨਾ ਮੋਦੀ ਦੇ ਜਿਹਦੇ ਬਾਲ ਬੱਚਾ ਹੋਊਗਾ ਉਹੀ ਬੰਦਾ ਦਿਮਾਗ ਲੱਗਿਆ ਹੋਊ ਨਾ ਉਹਦੇ ਸਿਰ 'ਚ ਉਹੀ ਸੋਚੂਗਾ ਬਸ ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਵੀ ਜਿਹਦੇ ਬਾਲ ਬੱਚਾ ਹੋਊਗਾ ਬੰਦਾ ਉਹੀ ਸੋਚਦਾ ਹੁੰਦਾ ਤੇ ਉਦਾਂ ਮਤਲਬ ਲੱਗਦਾ ਹੈ ਕਿ ਬੇਸਿੱਟਾ ਨਿਕਲੂਗੀ ਅੱਜ ਦੀ ਮੀਟਿੰਗ ਕੀ ਲੱਗਦਾ ਹੈ ਫਿਰ ਇਹਦਾ ਹੱਲ ਕੀ ਹੋਊਗਾ ਬ੍ਰਿਸ਼ਾ ਦੇ ਵਿੱਚ ਬਸਦੇ ਪੰਜਾਬੀ ਉਹਨਾਂ ਸਾਰੀ ਦੁਨੀਆ 'ਚ ਬਸਦੀ ਹੈ ਪੰਜਾਬੀ ਦੁਨੀਆ ਦੇ ਪ੍ਰਧਾਨ ਮੰਤਰੀ ਸਿੱਖਾਂ ਦੀ ਇੱਜ਼ਤ ਕਰਦੇ ਆ ਜੀ ਤੇ ਵੱਡੇ ਵੱਡੇ ਮਸਲੇ ਹੱਲ ਕਰਾਇਆ ਦਸਤਾਰ ਦਾ ਮਸਲਾ ਹੱਲ ਕਰਾਇਆ ਸਿੱਖਾਂ ਨੇ ਤੇ ਇਹ ਤਾਂ ਗੱਲ ਹੀ ਕੁਛ ਨਹੀਂ ਸਾਨੂੰ ਆਪਣੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ ਕੋਈ ਆਦਾ ਹੱਲ ਹੀ ਨਹੀਂ ਮਿਲ ਰਿਹਾ ਕੋਈ ਹੱਕ ਨਹੀਂ ਮਿਲ ਰਿਹਾ ਬਸ ਇਹੀ ਗੱਲ ਹੈ ਜੀ ਮੁਸ਼ਕਲ ਹੈ ਬਿਲਕੁਲ ਬਿਲਕੁਲ ਸੋ ਇਹਨਾਂ ਦੀ ਗੱਲ ਇਹਨਾਂ ਦਾ ਇਹ ਕਹਿਣਾ ਹੈ ਕਿ ਲੱਗਦਾ ਹੈ ਕਿ ਹੁਣ ਜਿਹੜੀ ਮੀਟਿੰਗ ਸੰਘਰਸ਼ ਹੈ ਜਿਹੜਾ ਕਿਸਾਨਾਂ ਦਾ ਉਹ ਇਸੇ ਤਰ੍ਹਾਂ ਚੱਲਦਾ ਰਹੇਗਾ ਇਸੇ ਤਰ੍ਹਾਂ ਪ੍ਰੋਟੈਸਟ ਚੱਲਦਾ ਰਹੇਗਾ ਜਦੋਂ ਤੱਕ ਕਿ ਜੋ ਨਤੀਜਾ ਆ ਸਹੀ ਉਹ ਨਹੀਂ ਨਿਕਲਦਾ ਸੋ ਪਿੰਡ ਤੁਹਾਨੂੰ ਵਿਖਾ ਰਹੇ ਆ ਕਿ ਪਿੰਡ ਦੇ ਲੋਕ ਜਿਹੜੇ ਆ ਉਹ ਪ੍ਰੋਟੈਸਟ ਤੇ ਗਏ ਨੇ ਦਿੱਲੀ ਉਹਨਾਂ ਨੇ ਕੂਚ ਕੀਤੀ ਆ ਦਿੱਲੀ ਦੇ ਵਿੱਚ ਬੈਠੇ ਨੇ ਲੇਕਿਨ ਕਿਤੇ ਨਾ ਕਿਤੇ ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਆ ਕਿ ਪਿੰਡ ਦੇ ਹਰ ਪਰਿਵਾਰ ਦੇ ਵਿੱਚੋਂ ਇੱਕ ਜਾਂ ਦੋ ਮੈਂਬਰ ਨੇ ਜਿਹੜੇ ਉਹ ਗਏ ਹੋਏ ਨੇ ਦਿੱਲੀ ਸੋ ਪਿੰਡ ਤੁਸੀਂ ਵੇਖ ਸਕਦੇ ਹੋ ਕਿ ਸੁੰਨਾ ਪਿਆ ਪਿੰਡ ਇਹ ਉਹੀ ਪਿੰਡ ਹੈ ਜਿੱਥੇ ਕਿਤੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਜ਼ੁਰਗ ਘੁੰਮਦੇ ਤੁਹਾਨੂੰ ਨਜ਼ਰ ਆਉਂਦੇ ਸੀ ਨੌਜਵਾਨ ਟੋਲੀਆਂ ਬਣਾ ਬਣਾ ਕੇ ਖੁੰਝਿਆਂ ਦੇ ਵਿੱਚ ਖੜੇ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਆਉਂਦੇ ਸੀ ਲੇਕਿਨ ਹੁਣ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਪਿੰਡ ਤੁਸੀਂ ਵੇਖ ਸਕਦੇ ਹੋ ਕਿ ਜ਼ਿਆਦਾ ਰੌਣਕ ਵੇਖਣ ਨੂੰ ਨਹੀਂ ਮਿਲਦੀ ਆ ਇਸ ਪਿੰਡ ਦੇ ਵਿੱਚ ਤੱਲੇ ਕੇ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਜੋ ਕਿ ਮੋਗੇ ਦੇ ਵਿੱਚ ਮੌਜੂਦ ਹੈ ਬੜਾ ਖੂਬਸੂਰਤ ਪਿੰਡ ਹੈ ਬੜੀਆਂ ਠੰਡੀਆਂ ਹਵਾਵਾਂ ਚੱਲਦੀਆਂ ਇਦਾਂ ਦੇ ਪਿੰਡ ਹੋਣ ਤਾਂ ਫਿਰ ਕਿੱਥੇ ਸਾਨੂੰ ਸ਼ਹਿਰਾਂ ਦੀ ਯਾਦ ਆਉਂਦੀ ਹੈ ਸੋ ਬੜਾ ਵਧੀਆ ਲੱਗ ਰਿਹਾ ਸੋ ਹੋਰ ਅੱਗੇ ਚੱਲਦੇ ਹਾਂ ਉੱਥੇ ਦੇਖਦੇ ਹਾਂ ਕਿ ਪਿੰਡ ਦੇ ਲੋਕ ਕਿੰਨੇ ਕੁ ਮੌਜੂਦ ਨੇ ਆਓ ਚੱਲਦੇ ਹਾਂ ਮੇਰੇ ਨਾਲ ਸੋ ਪਿੰਚ ਘੁੰਮਦੇ ਘੁੰਮਦੇ ਤੁਸੀਂ ਵੇਖ ਸਕਦੇ ਹੋ ਹੁਣ ਅਸੀਂ ਆ ਗਏ ਹਾਂ ਪਿੰਡ ਦੇ ਖੇਤਾਂ 'ਚ ਖੇਤ ਵੇਖ ਸਕਦੇ ਹੋ ਤੁਸੀਂ ਦੂਰ ਤੱਕ ਖੇਤ ਮੈਂ ਆਪਣੇ ਸਹਿਯੋਗੀ ਨੂੰ ਕਹੂੰਗੀ ਕਿ ਦੂਰ ਤੱਕ ਖੇਤ ਦਿਖਾਉਣ ਔਰ ਨਾਲ ਹੀ ਵੇਖ ਸਕਦੇ ਹੋ ਤੁਸੀਂ ਕਿ ਇੱ ਬੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਸਪਰੇਅ ਮਾਰ ਰਹੇ ਹੋ ਹਾਂਜੀ ਰੇ ਪਾ ਰਹੇ ਹਾਂ ਜੀ ਅੱਛਾ ਹਾਂਜੀ ਤੇ ਕੀ ਲੱਗਦਾ ਤੁਸੀਂ ਦਿੱਲੀ ਨਹੀਂ ਗਏ ਤੁਸੀਂ ਇੱਥੇ ਹੀ ਕੰਮ ਕਰ ਰਹੇ ਹੋ ਜੀ ਦਿੱਲੀ ਅਸੀਂ ਕੱਲ ਨੂੰ ਇੱਕ ਜੱਥਾ ਜਾ ਰਿਹਾ ਜੀ ਅੱਛਾ ਦੋ ਟਰਾਲੀਆਂ ਲੈ ਕੇ ਅੱਛਾ ਤੇ ਅਸੀਂ ਪਰ ਜਿਹੜੇ ਕਿਸਾਨ ਉੱਥੇ ਗਏ ਹੋਏ ਉਹਨਾਂ ਦੇ ਨਾਲ ਕੰਮ ਕਰਾ ਰਹੇ ਹਾਂ ਉਹਨਾਂ ਦੇ ਖੇਤਾਂ ਵਿੱਚ ਠੀਕ ਹੈ ਰਲ ਮਿਲ ਕੇ ਫਿਰ ਉਹ ਆ ਜਾਣਗੇ ਜੀ ਅਸੀਂ ਚਾਵੜਾਂਗੇ ਉੱਥੇ ਅੱਛਾ ਮਤਲਬ ਡਿਊਟੀਆਂ ਲੱਗੀਆਂ ਹੋਈਆਂ ਇਹ ਉਹਨਾਂ ਦੇ ਖੇਤਾਂ 'ਚ ਤੁਸੀਂ ਕੰਮ ਕਰ ਰਹੇ ਹੋ ਜੋ ਤੁਸੀਂ ਚਲੇ ਜਾਣਗੇ ਫਿਰ ਉਹ ਆ ਜਾਣਗੇ ਫਿਰ ਉਹ ਆ ਜਾਣਗੇ ਜੀ ਅੱਛਾ ਠੀਕ ਹੈ ਕੀ ਲੱਗਦਾ ਕਿ ਕਿੰਨਾ ਕੋਖਾ ਲੱਗਦਾ ਹੈ ਕਿ ਉੱਥੇ ਬੈਠੇ ਨੇ ਪਿੰਡ ਸੁੰਨਾ ਪਿਆ ਆ ਕੁਛ ਹੀ ਕਿਸਾਨ ਨੇ ਜਿਹੜੇ ਕੰਮ ਕਰ ਰਹੇ ਹੋ ਤੁਸੀਂ ਨਹੀਂ ਜੇ ਰਲ ਮਿਲ ਕੇ ਚੱਲ ਜਾਣਾ ਜੀ ਇਹਨਾਂ ਮਰਜ਼ੀ ਲੰਮਾ ਸਰਗਰਸ ਜਾਵੇ ਤੇ ਅਸੀਂ ਲੜਨ ਨੂੰ ਤਿਆਰ ਆਂ ਰਲ ਮਿਲ ਕੇ ਜੀ ਸਾਰੀ ਜਾਣੇ ਆ ਉਹ ਆ ਜਾਣਗੇ ਅਸੀਂ ਚ ਆਏ ਚੱਲੀ ਜਾਓ ਜੀ ਕੰਮ ਕੋਈ ਨਾ ਕੋਈ ਛੱਡਾ ਨਿਕਲੇ ਕਿਸਾਨ ਆਪਦੇ ਘਰਾਂ ਨੂੰ ਨਾ ਨਾ ਕੇ ਕੰਮ ਸੰਭਾਲਣ ਸਾਡੇ ਪਿੰਡ ਚੋਂ ਕਿੰਨੇ ਕੁ ਟਰਾਲੀਆਂ ਔਰ ਕਿੰਨੇ ਕੁ ਲੋਕ ਗਏ ਨੇ ਕਿਉਂਕਿ ਪਿੰਡ ਬੜਾ ਸੁਨਣਾ ਲੱਗ ਰਿਹਾ ਦੂਰ ਦੂਰ ਤੱਕ ਸਾਡੇ ਪਿੰਡੋਂ ਜੀ ਦੋ ਟਰਾਲੇ ਅੱਗੇ ਗਏ ਹੋਏ ਆ ਉਹਦੇ ਵਿੱਚੋਂ 10-15 ਕਿਸਾਨ ਮੁੜ ਕੇ ਆਏ ਆ ਅੱਜ ਅਸੀਂ ਕੱਲ ਪੈਸੇ ਵੀ ਕੋ ਇਕੱਠੇ ਕੀਤੇ ਆ ਰਾਸ਼ਨ ਲੈ ਕੇ ਜਾ ਰਹੇ ਆ ਦੋ ਟਰਾਲੇ ਕੱਲ ਨੂੰ ਫੇਰ ਜਾ ਰਹੇ ਜੀ ਅੱਛਾ ਹਾਂਜੀ ਦੋ ਟਰਾਲੇ ਫਿਰ ਕੱਲ ਨੂੰ ਜਾਣਗੇ ਕੱਲ ਨੂੰ ਜਾਣਗੇ ਜੀ ਰਾਸ਼ਨ ਲੈ ਕੇ ਜਾਣਗੇ ਜੀ ਕੋਈ ਪੈਸੇ ਦੀ ਮਦਦ ਕੀਤੀ ਹੈ ਪਿੰਡ ਵਿੱਚੋਂ ਇਕੱਠੇ ਕੀਤੇ ਗੱਲ ਇੱਕ ਸਾਰ ਠੀਕ ਹੈ ਠੀਕ ਹੈ ਮਿਲ ਕੇ ਠੀਕ ਹੈ ਹਾਂਜੀ ਤੁਸੀਂ ਕੀ ਕਹਿੰਦੇ ਹੋ ਹਾਂਜੀ ਤੁਸੀਂ ਕੀ ਕਹਿੰਦੇ ਹੋ ਕਿ ਤੁਸੀਂ ਵੀ ਨਾਲ ਜਾਣਾ ਇਹਨਾਂ ਦੇ ਕੱਲ ਨੂੰ ਹਾਂਜੀ 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 ਅਸੀਂ ਵੀ ਜਾ ਰਹੇ ਹਾਂ ਜੀ ਤੇ ਮੈਂ ਤਾਂ ਜੀ ਇਹੀ ਕਹੂੰਗਾ ਵੀ મોદી ਨੂੰ ਪਿੱਛੇ हट ਜਾਣਾ ਚਾਹੀਦਾ ਹੁਣ ਵੀ ਖਰੂਨ ਜਿਹੜੇ ਨੇ ਤਿੰਨ ਲੈ ਕੇ ਆਇਆ ਬਿੱਲ ਵੀ ਰੱਦ ਕਰਨੇ ਚਾਹੀਦੇ ਆ ਸੱਟਾ ਕੋਈ ਨਿਕਲਦਾ ਨਜ਼ਰ ਨਹੀਂ ਆ ਰਿਹਾ ਬੇ ਸੱਟਾ ਮੀਟਿੰਗਾਂ ਜਾ ਰਹੀਆਂ ਕੀ ਲੱਗਦਾ ਸੰਘਰਸ਼ ਲੰਬਾ ਵੀ ਚੱਲ ਸਕਦਾ ਕਿਉਂਕਿ ਕਿਸਾਨ ਆਪਣੇ ਵੀਰ ਜਿਹੜੇ ਉਹ 6-6 ਮਹੀਨੇ ਦਾ ਰਸਣ ਲੈ ਕੇ ਗਏ ਹੋਏ ਨਾਲ ਹਾਂਜੀ 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 ਬਿਲਕੁਲ ਜੀ ਹਾਂਜੀ ਲੰਬਾ ਵੀ ਜਾ ਸਕਦਾ ਇਹ ਤਾਂ ਜੀ ਹੁਣ ਸਰਕਾਰ ਤੇ ਆ ਇਹਨਾਂ ਚਾਹੀਦਾ ਇਹਨਾਂ ਨੂੰ ਸਰਕਾਰ ਨੂੰ ਵੀ ਵੀ ਕੋਈ ਨਾ ਕੋ ਜਿਵੇਂ ਸਾਡੇ ਭਰਾ ਬੈਠੇ ਉਥੇ ਤੇ ਵੀ ਬੈਲ ਆਪਸਿਕ ਲਵੇ ਕੀ ਲੱਗਦਾ ਜੇ ਲੰਬਾ ਚੱਲਦਾ ਇਹ ਸੰਘਰਸ਼ 6 ਮਹੀਨੇ ਤੱਕ ਚੱਲ ਜਾਂਦਾ ਆ ਤੇ ਤਿਆਰ ਆ ਆਪਾਂ ਉੱਥੇ ਬੈਠਣ ਨੂੰ ਇੰਨੀ ਦੇਰ ਤੱਕ ਹਾਂਜੀ ਬਿਲਕੁਲ ਤਿਆਰ ਆ ਜੀ ਜੇ ਤੈਨ 6 ਮਹੀਨੇ ਵੀ ਸੰਘਰਸ਼ ਚੱਲੂਗਾ ਅਸੀਂ ਡਿਊਟੀਆਂ ਬਾਈ ਡਿਊਟੀਆਂ ਲਾ ਕੇ ਬੈਨ ਨੂੰ ਤਿਆਰਾਂ ਚ ਕਿੰਨਾ ਲੰਬਾ ਚੱਲੇ ਜੀ ਅਸੀਂ ਕਿੰਨਾ ਲੰਬਾ ਚੱਲੇ ਜੀ ਵੀ ਫੋਮ ਵੀ ਪਿੱਛੇ ਨਾ ਹਟਾਂਗੇ ਜੀ ਹਾਂ ਡਟੇ ਰਾਂਗੇ ਡਟੇ ਰਾਂਗੇ ਜੀ ਬਿਲਕੁਲ ਸੋ ਵੇਖ ਸਕਦੇ ਹੋ ਤੁਸੀਂ ਕਿ ਕੰਮ ਜਿਹੜਾ ਚੱਲ ਰਿਹਾ ਡਿਊਟੀਆਂ ਲੱਗੀਆਂ ਹੋਈਆਂ ਨੇ ਇਹ ਵੀ ਤੁਸੀਂ ਕੰਮ ਕਰ ਸਕਦੇ ਹੋ ਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਕੰਮ ਖੇਤਾਂ 'ਚ ਚੱਲ ਰਿਹਾ ਆ ਔਰ ਇਹ ਹੁਣ ਕੰਮ ਕਰ ਰਹੇ ਨੇ ਔਰ ਜਦੋਂ ਉਧਰੋਂ ਕਿਸਾਨ ਆਉਣਗੇ ਤਾਂ ਫਿਰ ਉਹ ਕੰਮ ਕਰਨਗੇ ਸੋ ਇਸੇ ਤਰ੍ਹਾਂ ਜਿਹੜਾ ਸਿਲਸਿਲਾ ਆ ਉਹ ਚੱਲਦਾ ਰਹੇਗਾ ਜਦੋਂ ਤੱਕ ਕਿ ਸੰਘਰਸ਼ ਹੈ ਜਿਹੜਾ ਪ੍ਰੋਟੈਸਟ ਹੈ ਜਿਹੜਾ ਕਿਸਾਨਾਂ ਦਾ ਚੱਲਦਾ ਰਹੇਗਾ ਮੀਟਿੰਗ ਜਦੋਂ ਤੱਕ ਸਕਸੈਸ ਨਹੀਂ ਹੁੰਦੀ ਹਜੇ ਤੱਕ ਜਿੰਨੀਆਂ ਵੀ ਮੀਟਿੰਗਾਂ ਹੋ ਰਹੀਆਂ ਨੇ ਉਹ ਬੇਸਿੱਟਾ ਨਿਕਲ ਰਹੀਆਂ ਨੇ ਨਤੀਜਾ ਜਿਹੜਾ ਆ ਕੋਈ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਰ ਦੂਰ ਤੱਕ ਖੇਤ ਨੇ ਜੜੇ ਦੂਰ ਦੂ ਤੱਕ ਹਰੇ ਭਰੇ ਖੇਤ ਨੇ ਉਹੀ ਕਿਸਾਨ ਨੇ ਉਹੀ ਖੇਤ ਨੇ ਜਿਹੜੇ ਕਿ ਅੱਜ ਉੱਥੇ ਦਿੱਲੀ ਦੇ ਵਿੱਚ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਇੰਨੇ ਖੂਬਸੂਰਤ ਖੇਤਾਂ ਨੂੰ ਛੱਡ ਕੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਉਹ ਕਿਸਾਨ ਜਿਹੜੇ ਨੇ ਉਹ ਉੱਥੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਮੈਂ ਪਹਿਲਾਂ ਹਮੇਸ਼ਾ ਕਹਿੰਦੀ ਆ ਕਿ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਇੰਨੇ ਸੋਹਣਾ ਪਿੰਡ ਤੇ ਇੰਨੇ ਸੋਹਣੇ ਖੇਤ ਤੇ ਆਪਣਾ ਕੰਮਕਾਰ ਛੱਡ ਕੇ ਠੰਡ ਦੇ ਵਿੱਚ ਬੈਠਣ ਦਾ ਸੜਕਾਂ ਤੇ ਬੈਠਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਪਰ ਇਹ ਮਜਬੂਰੀ ਆ ਇਹ ਸੰਘਰਸ਼ ਆ ਸੋ ਸਾਨੂੰ ਸਾਰਿਆਂ ਨੂੰ ਇਹ ਜ਼ਰੂਰਤ ਹੈ ਕਿ ਕਿਸਾਨਾਂ ਦੇ ਨਾਲ ਖੜੇ ਹੋਈਏ ਕਿਉਂਕਿ ਅੱਜ ਕਿਸਾਨ ਨਹੀਂ ਹੋਵੇਗਾ ਤਾਂ ਸਾਡੇ ਪਲੇਟ ਦੇ ਵਿੱਚ ਰੋਟੀ ਨਹੀਂ ਹੋਵੇਗੀ ਸੋ ਅੱਗੇ ਚੱਲਦੇ ਆਂ ਵੇਖਦੇ ਆਂ ਕਿ ਅੱਗੇ ਹੋਰ ਪਿੰਡ ਦੀ 누ਹਾਰ ਕਿਹੋ ਜੀ ਸਾਨੂੰ ਨਜ਼ਰ ਆਉਂਦੀ ਹੈ ਸੋ ਪਿੰਡ ਵਿੱਚ ਅਸੀਂ ਘੁੰਮ ਰਹੇ ਹਾਂ ਤੁਹਾਨੂੰ ਪਿੰਡ ਮੈਂ ਵਿਖਾ ਰਹੀ ਹਾਂ ਕਿ ਕਿਵੇਂ ਪਿੰਡ ਇਸ ਟਾਈਮ ਸੁਨਣਾ ਪਿਆ ਆ ਕੁਝ ਹੀ ਲੋਕ ਕੁਝ ਕੋ ਮੌਜੂਦ ਨੇ ਸੋ ਘਰ ਇੱਕ ਮੈਨੂੰ ਦਿਖ ਰਿਹਾ ਅੰਦਰ ਜਾ ਕੇ ਵੇਖਦੇ ਹਾਂ ਸੋ ਵੇਖ ਸਕਦੇ ਹੋ ਤੁਸੀਂ ਘਰ ਦੇ ਅੰਦਰ ਆ ਗਏ ਆ ਕੁਝ ਲੇਡੀਜ਼ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਧੀਆ ਹੀ ਠੀਕ ਠਾਕ ਅੱਛਾ ਪਿੰਡ ਦੀ ਅਗਰ ਮੈਂ ਗੱਲ ਕਰਾਂ ਤੇ ਪਿੰਡ ਚੋਂ ਕੋਈ ਬੀਬੀਆਂ ਵੀ ਗਈਆਂ ਨੇ ਨਹੀਂ ਬੀਬੀਆਂ ਨਹੀਂ ਗਈਆਂ ਜੀ ਸਿਆਣੇ ਬਜ਼ੁਰਗ ਮੁੰਡੇ ਇਹ ਗਏ ਆ ਅੱਛਾ ਹਾਂਜੀ ਤੇ ਤੁਹਾਡੀ ਫੈਮਿਲੀ ਚੋਂ ਕੌਣ ਕੌਣ ਗਿਆ ਸਾਡੇ ਮੇਰਾ ਛੋਟਾ ਦਿਉਰ ਗਿਆ ਵਾ ਅੱਛਾ ਹਾਂਜੀ ਉਹ ਗਏ ਆ ਵਗਰੋ ਫਿਰ ਸਾਡੇ ਕੰਮ-ਕੁਮ ਦਾ ਫਿਰ ਓਕਰ ਨੇ ਫਿਰ ਅਸੀਂ ਉਹ ਸਾਰੇ ਮਗਰੋਂ ਸੰਭਲ ਲਏ ਨੇ ਠੀਕ ਹੈ ਹਾਂਜੀ ਠੀਕ ਹੈ ਤੇ ਤੁਸੀਂ ਘਰ ਦਾ ਕੰਮ ਸਾਰਾ ਸੰਭਾਲ ਰਹੇ ਹੋ ਹਨਾ ਹਾਂਜੀ ਸਾਰੇ ਸੰਭਾਲ ਰਹੇ ਅਸੀਂ ਰਲ ਕੇ ਜਿਹੜੀ ਫੈਮਲੀ ਹੈ ਦੂਜੀ ਸਾਰੇ ਰਲ ਕੇ ਪਸ਼ੂਆਂ ਦਾ ਜੋ ਵੀ ਸਾਰਾ ਕੰਮ ਘਰ ਦਾ ਸਾਰਾ ਸੰਭਲ ਲਏ ਨੇ ਠੀਕ ਹੈ ਹਾਂਜੀ ਤੇ ਕੀ ਲੱਗਦਾ ਹੈ ਕਿ ਪਿੰਡ ਦੇ ਲੋਕ ਇੰਨੇ ਚਲੇ ਗਏ ਦਿੱਲੀ ਸੁਨਣਾ ਸੁਨਣਾ ਨਹੀਂ ਲੱਗ ਰਿਹਾ ਦੇਖਣ ਨੂੰ ਪਿੰਡ ਨੇ ਜੇ ਮਸਲਾ ਹੱਲ ਹੋ ਜੂਗਾ ਸੁੰਨੇ ਦਾ ਜਦੋਂ ਮਰਜੀ ਖੁਸ਼ੀ ਪਿੰਡ ਚ ਆ ਜੂਗੀ ਚਲ ਜੇ ਉਧਰ ਮਸਲਾ ਹੱਲ ਹੋ ਜਾਏ ਤਾਂ ਫਿਰ ਸਾਰੀ ਕੋਈ ਖੁਸ਼ੀ ਖੁਸ਼ ਗਈ ਹੈ ਬਿਲਕੁਲ ਬਿਲਕੁਲ ਹਾਂਜੀ ਕੀ ਲੱਗਦਾ ਹੈ ਕਿ ਹੁਣ ਕੁਝ ਸੱਟਾਂ ਨਿਕਲੂਗਾ ਹਾਂਜੀ ਮਸਲਾ ਹੁਣ ਜਦੋਂ ਸਾਰੇ ਗਏ ਆ ਇਕੱਠੇ ਹੋ ਕੇ ਕੋਈ ਦਾ ਮਸਲਾ ਸਰਕਾਰ ਕਰੂਗੀ ਸਹੀ ਹਾਂਜੀ ਬਿਲਕੁਲ ਠੀਕ ਅੱਛਾ ਦੂਜੀ ਗੱਲ ਪਿੰਡ ਤੁਹਾਡਾ ਪਹਿਲਾਂ ਤਾਂ ਬੜਾ ਸੋਹਣਾ ਆ ਤੇ ਅਸੀਂ ਘੁੰਮ ਕੇ ਆਏ ਪੂਰੇ ਪਿੰਡ ਚ ਬੀਬੀਆਂ ਦੇ ਨਾਲ ਅਸੀਂ ਬਾਹਰ ਬੈਠੀਆਂ ਗੱਲ ਕੀਤੀ ਅੱਛਾ ਤੁਹਾਨੂੰ ਪਤਾ ਆ ਕਿ ਉਹ ਇੱਕ ਹੀਰੋਇਨ ਹੈ ਕੰਗਨਾਰਣੋਤ ਜਿਹੜੀ ਕਿ ਫਿਲਮਾਂ ਅਸੀਂ ਦੇ-ਦੇ ਆਂ ਦੇਖਦੇ ਆਂ ਉਹਦਾ ਇੱਕ ਬਿਆਨ ਆ ਕਿ ਬੀਬੀਆਂ ਜਿਹੜੀਆਂ ਉੱਥੇ ਗਈਆਂ ਨੇ ਦਿੱਲੀ ਉਹ 100-100 ਰੁਪਿਆ ਲੈ ਕੇ ਗਈਆਂ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਸ ਬਾਰੇ ਕੀ ਇਦਾਂ ਮਤਲਬ ਉਹਨਾਂ ਦਾ ਇਹ ਕਹਿਣਾ ਆ ਜੀ ਹਾਂ ਜੀ ਨਹੀਂ ਨਹੀਂ ਪੈਸੇ ਮਾਰੇ ਕੋਈ ਨਹੀਂ ਗਈਆਂ ਸਾਰੇ ਆਪਦੇ ਇਹ ਆਪਦੇ ਹੱਕਾਂ ਮਾਰੇ ਇਕੱਠੇ ਹੋ ਕੇ ਗਏ ਆ ਇਦਾਂ ਕੋਈ ਪੈਸੇ ਫਸੇ ਗਲਤ ਗੱਲ ਹੈ ਕਿਸੇ ਨੇ ਕਹੀ ਹੋਗੀ ਉਹਨੂੰ ਵੀ ਨਹੀਂ ਪਤਾ ਹੈਗਾ ਕਿ ਕਿਸਾਨ ਐਕਚੁਅਲ ਦੇ ਵਿੱਚ ਕੀ ਹੁੰਦੇ ਆ ਖੇਤਾਂ ਦੇ ਵਿੱਚ ਉਹ ਕਿਵੇਂ ਕੰਮ ਕਰਦੇ ਆ ਕਿਹੜੀ ਚੀਜ਼ ਨੂੰ ਲੈ ਕੇ ਉਹ ਉੱਥੇ ਬੈਠੇ ਨੇ ਉਹ ਬੀਬੀਆਂ ਵੀ ਸਾਡੀਆਂ ਉੱਥੇ ਬੈਠੀਆਂ ਨੇ ਕੁੜੀਆਂ ਵੀ ਸਾਡੀਆਂ ਉੱਥੇ ਬੈਠੀਆਂ ਨੇ ਲੇਕਿਨ ਉਹਨੇ ਇਹ ਬਿਆਨ ਦਿੱਤਾ ਆ ਕਿ 100-100 ਰੁਪਿਆ ਲੈ ਕੇ ਉੱਥੇ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਉਹ 100 ਰੁਪਿਆ ਲੈ ਕੇ ਉੱਥੇ ਗਈਆਂ ਨੇ ਧਰਨੇ ਤੇ ਬੈਠੀਆਂ ਨੇ ਨਹੀਂ ਜੀ ਉਹ 100 ਰੁਪਈ ਲੈ ਨਹੀਂ ਆਪਣੇ ਹੱਕਾਂ ਲਈ ਗਈਆਂ ਨੇ ਆਪਣੇ ਪਤੀਆਂ ਦੀ ਹੱਕਾਂ ਦੇ ਮਗਰ ਪਤੀ ਦਾ ਸਾਥ ਦੇਣ ਗਈਆਂ ਨੇ ਸਪੋਰਟ ਦੇਣ ਗਈਆਂ ਨੇ ਉਹਨਾਂ ਨੂੰ ਜਿਵੇਂ ਕਿ ਕਿਸਾਨ ਆਪਣੇ ਪਤਨੀ ਲਈ ਕੀ ਕੁਝ ਨਹੀਂ ਕਰਦਾ ਆਪਣੇ ਬੱਚਿਆਂ ਲਈ ਕਿਸਾਨ ਸਾਰਾ ਦਿਨ ਮਿਹਨਤ ਕਰਦਾ ਹੈ ਤੇ ਸਾਡਾ ਵੀ ਫਰਜ਼ ਹੈ ਵੀ ਅਸੀਂ ਵੀ ਉਹਨਾਂ ਦਾ ਸਾਥ ਦੀ। ਉਹੀ ਕਿਹਾ ਜਾਂਦਾ ਹੈ ਜਦੋਂ ਔਰਤ ਮੋਢੇ ਨਾਲ ਮੋਢਾਂ ਮਲਾ ਕੇ ਮਰਦ ਦੇ ਨਾਲ ਚੱਲਦੀ ਆ ਤੇ ਫਿਰ ਇਸ ਸੰਘਰਸ਼ ਦੇ ਵਿੱਚ ਕਿਉਂ ਨਹੀਂ? ਅਗਰ ਅਸੀਂ ਘਰ ਦੇ ਕੰਮ ਕਰਦੇ ਆਂ ਮਰਦ ਬਾਹਰ ਦੇ ਕੰਮ ਕਰਦੇ ਆ ਉਹ ਵੀ ਇੱਕ ਡਿਊਟੀ ਆ। ਉਹ ਵੀ ਇੱਕ ਸਾਡੀ ਜੌਬ ਆ ਕਿਉਂਕਿ ਸਾਨੂੰ ਕੋਈ ਛੁੱਟੀ ਨਹੀਂ ਹੁੰਦੀ। ਅਗਰ ਅਸੀਂ ਕੰਮ ਵਾਲੀ ਵੀ ਲਗਾਉਨੇ ਆ ਤਾਂ ਉਹ ਵੀ ਸੰਡੇ ਦੀ ਛੁੱਟੀ ਲੈਂਦੀ ਆ ਜੇ ਅਸੀਂ ਜੌਬ ਕਰਦੇ ਆਂ ਆ ਸਾਨੂੰ ਵੀ ਸੰਡੇ ਦੀ ਛੁੱਟੀ ਹੁੰਦੀ ਲੇਕਿਨ ਲੇਡੀ ਆ ਜਿਹੜੀ ਉਹਨੂੰ ਸੰਡੇ ਦੀ ਕੋਈ ਛੁੱਟੀ ਨਹੀਂ ਹੁੰਦੀ ਔਰ ਨਾ ਹੀ ਉਹ ਤਨਖਾਹ ਲੈਂਦੀ ਉਹ ਕੰਮ ਕਰਦੀ ਆ ਘਰੇ ਇਸੇ ਤਰ੍ਹਾਂ ਜਿਹੜੀਆਂ ਜਨਾਨੀਆਂ ਨੇ ਬੀਬੀਆਂ ਨੇ ਉਹ ਦਿੱਲੀ ਪ੍ਰੋਟੈਸਟ ਦੇ ਵਿੱਚ ਬੈਠੀਆਂ ਨੇ ਆਪਣੇ ਹੱਕਾਂ ਦੇ ਲਈ ਬੈਠੀਆਂ ਨੇ ਆਪਣੀ ਫੈਮਲੀ ਦੇ ਨਾਲ ਬੈਠੀਆਂ ਨੇ ਤਾਂ ਕਿ ਉਹ ਘਰੇ ਉੱਥੇ ਬੈਠੇ ਨੇ ਔਰ ਉਹਨਾਂ ਨੂੰ ਉਹ ਰੋਟੀਆਂ ਤੱਕ ਉੱਥੇ ਬਣਾ ਕੇ ਦੇ ਰਹੀਆਂ ਨੇ ਹਾਂਜੀ ਹਾਂਜੀ ਸਾਡਾ ਤਾਂ ਇਹੀ ਹੈ ਨਾ ਜੈ ਜਵਾਨ ਜੈ ਕਿਸਾਨ ਕਰੋ ਜਾਂ ਮਰੋ ਇਹ ਹੋਣਾ ਚਾਹੀਦਾ ਹੈ ਬਿਲਕੁਲ ਉੱਥੇ ਵੀ ਇਹੀ ਸਾਰੇ ਸੋਚ ਕੇ ਬੈਠੇ ਆ ਕਰੋ ਜਾਂ ਮਰੋ ਹਾਂਜੀ ਤੇ ਤੁਸੀਂ ਖੁਦ ਕਿਉਂ ਨਹੀਂ ਗਏ ਉੱਥੇ ਮੇਰੇ ਹਸਬੰਡ ਗਏ ਹੋਏ ਨਹੀਂ ਜੀ ਅੱਛਾ ਹਾਂਜੀ ਫਿਰ ਮੈਂ ਕਿਹਾ ਨਹੀਂ ਕਿ ਤੁਸੀਂ ਵੀ ਚਲਣਾ ਹੈ ਮੇਰੇ ਬੱਚੇ ਸਕੂਲ ਜਾਂਦੇ ਆ ਉਹਨਾਂ ਦੇ ਐਗਜ਼ਾਮ ਚੱਲ ਰਹੇ ਆ ਇਸ ਕਰਕੇ ਠੀਕ ਹੈ ਕਿਹੜੀ ਕਲਾਸ ਨੇ ਬੱਚੇ 9th 10th ਤਾਂ ਹੀ ਫਿਰ ਸਕੂਲ ਜਾਂਦੇ ਨੇ ਕਿਉਂਕਿ ਛੋਟੇ ਬੱਚਿਆਂ ਦੇ ਤਾਂ ਸਕੂਲ ਬੰਦ ਨੇ ਹਾਂਜੀ ਹਾਂਜੀ ਠੀਕ ਹੈ ਮਤਲਬ ਫੈਮਿਲੀ ਚੋ ਤੁਹਾਡੇ ਹਸਬੰਡ ਗਏ ਨੇ ਔਰ ਪਿੰਡ ਦੀਆਂ ਮੈਂ ਔਰਤਾਂ ਦੀ ਗੱਲ ਕਰਾਂ ਜਿਵੇਂ ਮੈਂ ਨਾ ਤਾਂ ਪੁੱਛਿਆ ਕਿ ਔਰਤਾਂ ਕੁਝ ਗਈਆਂ ਨੇ ਪਿੰਡ ਦੀਆਂ ਆਪਣੇ ਪਿੰਡ ਦੀਆਂ ਇਸ ਪਿੰਡ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਵੀ ਉਹ ਤਾਂ ਗਈਆਂ ਹੋਣੀਆਂ ਸ਼ਾਇਦ ਅੱਜ ਜਾਣਾ ਵੀ ਸੀ ਚਾਹੁੰਦੀਆਂ ਸੀ ਪਰ ਪਤਾ ਨਹੀਂ ਮੈਨੂੰ ਪਤਾ ਹੈ ਤੁਸੀਂ ਕੋਦੇ ਜਾਣਾ ਚਾਹੁੰਦੇ ਹੋ ਨਹੀਂ ਹਜੇ ਮੇਰੇ ਘਰ ਦਾ ਫਿਰ ਜ਼ਿੰਮੇਵਾਰੀ ਵੀ ਦੇਖਣੀ ਹੈ ਜੀ ਬਿਲਕੁਲ ਬਿਲਕੁਲ ਸੋ ਇਨਦਰ ਕੈਨ ਆ ਕਿ ਅਸੀਂ ਘਰ ਵੀ ਦੇਖਣਾ ਹੈ ਫੈਮਲੀ ਦੇ ਮੈਂਬਰ ਇੱਕ ਇੱਕ ਗਏ ਹੋਏ ਨੇ ਇਸ ਪਿੰਡ ਦੇ ਇਹਨਾਂ ਦੇ ਹਸਬੰਡ ਗਏ ਹੋਏ ਨੇ ਔਰ ਬੱਚੇ ਇਹਨਾਂ ਦੇ ਛੋਟੇ ਨੇ ਪਿੰਡ ਦੀ ਕੁਮਾਈ ਤੁਹਾਨੂੰ ਪੂਰਾ ਅਸੀਂ ਪਿੰਡ ਕੁਮਾਇਆ ਦਿਖਾਇਆ ਕਿ ਰੌਣਕਾਂ ਪਿੰਡ ਦੇ ਵਿੱਚ ਬੜੀਆਂ ਹੁੰਦੀਆਂ ਸੀ ਲੇਕਿਨ ਹੁਣ ਕਿਸਾਨ ਪ੍ਰੋਟੈਸਟ ਦੇ ਕਰਕੇ ਜਿਹੜਾ ਪਿੰਡ ਆ ਉਹ ਬੜਾ ਸੁੰਨਾ ਲੱਗ ਰਿਹਾ ਹੈ ਬਹੁਤ ਕੁਝ ਦੇਖਣ ਨੂੰ ਨਹੀਂ ਮਿਲਿਆ ਸੱਤ ਤੁਹਾਨੂੰ ਦਿਖਾਈ ਕਿ ਸੱਤ ਦੇ ਵਿੱਚ ਵੀ ਰੌਣਕਾਂ ਜੁੜੀਆਂ ਵੇਖਣ ਨੂੰ ਸਾਨੂੰ ਨਹੀਂ ਮਿਲੀਆਂ ਸੋ ਇੱਥੇ ਵੀ ਬਜ਼ੁਰਗ ਬੈਠੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਮਾਤਾ ਜੀ ਤੁਹਾਡਾ ਕੀ ਕਹਿਣਾ ਹੈ ਜਿਹੜੇ ਕਿਸਾਨ ਗਏ ਨੇ ਆਪਣੇ ਪਿੰਡ ਦੇ ਕਿੰਨੇ ਕਿਸਾਨ ਗਏ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਅਸੀਂ ਜਿੱਤ ਕੇ ਆਵਾਂਗੇ ਹਾਂਜੀ ਇਹ ਤਾਂ ਹੈ ਹੀ ਜਿੱਤ ਕੇ ਆਉਣੇ ਤਾਂ ਹੀ ਗਏ ਹੋਏ ਆ ਸਾਰੇ ਹਾਂ ਇਹਨਾਂ ਬਾਵਤੀ ਵੀ ਜਿਹੜਾ ਸਾਡਾ ਮਸਲਾ ਹੈ ਸਾਡਾ ਹੱਲ ਕਰ ਦੇਣ ਫਿਰ ਮੁੜ ਕੇ ਆ ਜਾਣਗੇ ਅੱਛਾ ਤੁਹਾਨੂੰ ਪਤਾ ਹੈ ਕਿ ਕਿਸ ਲਈ ਗਏ ਆ ਉਹ ਕੀ ਮਸਲਾ ਹੈ ਜਿਹੜਾ ਹੁਣ ਆਇਆ ਹੈਗਾ ਵੀ ਆਪਣੇ ਕਹਿੰਦੇ ਆ ਵੀ ਆ ਮੰਡੀਆਂ 'ਚ ਵੀ ਆਏ ਹੋ ਆਏ ਹੋ ਵੀ ਇਹੋ ਜੇ ਕੰਮ ਦੇ ਵਿੱਚ ਸਾਰੇ ਉਹੀ ਗਏ ਹੋਏ ਆ ਇਸੇ ਕਰਕੇ ਵੀ ਜਾਨੀ ਉਹ ਮਸਲਾ ਤੁਹਾਡਾ ਹੱਲ ਹੋ ਜੇ ਫਿਰ ਉਹ ਮੁੜਿਆਉਣਗੇ ਨਹੀਂ ਤਾਂ ਉੱਥੇ ਰਹਿਣਗੇ ਉਹਨਾਂ ਚਿਕਰ ਚਿਕਰ ਹੁੰਦਾ ਨਹੀਂ ਤੇ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਕਿ ਤੁਸੀਂ ਵੀ ਚਲੋ ਨਾਲ ਨਹੀਂ ਐ ਤਾਂ ਜੀ ਕਹਿੰਦੇ ਆ ਫਿਰ ਹੁਣ ਅਸੀਂ ਹੁਣ ਘਰ ਦਾ ਵੀ ਕੰਮ ਕਰਨਾ ਅਕਸਰ ਘਰੇ ਵੀ ਹੁਣ ਸਾਰੇ ਹੁਣ ਮੁੰਡੇ ਗਏ ਵੇ ਆ ਆਪ ਹੁਣ ਅਸੀਂ ਘਰੇ ਪਸ਼ੂਆਂ ਪੁੱਤੂਆਂ ਦਾ ਵੀ ਹੋਰ ਸਾਰੇ ਕੰਮ ਕਰਨਾ ਪੈਂਦਾ ਮੈਂ ਉਹਨਾਂ ਦਾ ਕੰਮ ਹੁਣ ਤੁਸੀਂ ਸੰਭਾਲਦੇ ਹੋ ਹਾਂਜੀ ਹਾਂ ਸਾਰੇ ਅਸੀਂ ਸੰਭਾਲਦੇ ਹਾਂ ਉਹਨਾਂ ਦਾ ਕੰਮ ਖੇਤ ਬੰਨੇ ਦਾ ਵੀ ਜਾਣਾ ਪੈਂਦਾ ਸਾਰਾ ਕੁਝ ਹੀ ਕਰਨਾ ਪੈਂਦਾ ਉਹਨਾਂ ਦੀ ਬਾਵਤ ਮਗਰ ਸਾਡੀ ਬਿਲਕੁਲ ਅੱਛਾ ਸਾਰਾ ਦਿਨ ਕੀ ਕਰਦੇ ਹੋ ਤੁਸੀਂ ਕਿਵੇਂ guzara ਕਰਦੇ ਹੋ ਸਾਰਾ ਦਿਨ ਗੁਜ਼ਾਰਾ ਫਿਰ ਹੁਣ ਆਈ ਹੈ ਜਿਹਨ ਟਾਈਮ ਪਾਸ ਕਰੀ ਜਾਂਦੇ ਜਿਵੇਂ ਅਭੀ ਜਿੱਥੇ ਸਾਡਾ ਹੁੰਦਾ ਕੋਈ ਕੰਮ ਮਾੜਾ ਮੁੱਟ ਕਰ ਲੈਨੇ ਆ ਤੇ ਆਪਦਾ ਟਾਈਮ ਪਾਸ ਹੋਈ ਜਾਂਦਾ ਸਾਡਾ ਅੱਛਾ ਸਵੇਰ ਨਹੀਂ ਜਦੋਂ ਸ਼ੁਰੂਆਤ ਹੁੰਦੀ ਹੈ ਸਵੇਰ ਦੀ ਉੱਠ ਕੇ ਕੀ ਕਰਦੇ ਹੋ ਕਿੰਨੇ ਵਜੇ ਉੱਠ ਜਾਂਦੇ ਹੋ ਅਸੀਂ ਜੀ 4 ਵਜੇ ਉੱਠਦੇ ਆਂ ਅੱਛਾ 4 ਵਜੇ ਉੱਠਦੇ ਹੋ ਕੀ ਕਰਦੇ ਹੋ 4 ਵਜੇ ਫਿਰ ਉੱਠ ਕੇ ਪਸੂਆਂ ਨੇ ਵੀ ਸੰਭਣਾ ਹੁੰਦਾ ਸਾਰਾ ਕੁਝ ਧਾਰਾਂ ਤਾਂ ਦੋਕੇ ਵੀ ਚੋਣੇ ਹੁੰਦੇ ਆ ਹੋਰ ਸਾਰਾ ਬਾਹਰਲਾ ਖੇਤ ਬਾਹਰ ਵੀ ਕਰਨਾ ਪੈਂਦਾ ਸਾਰਾ ਕੁਝ ਹੀ ਕਰਨਾ ਪੈਂਦਾ ਮੈਂ ਇਸ ਕਰਕੇ ਤੁਹਾਨੂੰ ਪੁੱਛ ਰਹੀ ਆ ਕਿ ਸ਼ੁਰੂਆਤ ਤੁਹਾਡੀ ਕਦੋਂ ਹੁੰਦੀ ਆ ਕਿੰਨੇ ਵਜੇ ਹੁੰਦੀ ਔਰ ਕੀ ਕਰਦੇ ਹੋ ਕਿਉਂਕਿ ਕੁਝ ਲੋਕ ਕੁਝ ਫਿਲਮੀ ਸਟਾਰ ਇਹ ਕਹਿੰਦੇ ਨੇ ਕਿ ਬੀਬੀਆਂ ਜੜੀਆਂ ਨੇ ਉੱਥੇ ਗਈਆਂ ਆ ਔਰ ਉਹ ਬੈਠੀਆਂ ਗੱਲਾਂ ਕਰੀ ਜਾ ਰਹੀਆਂ ਨੇ ਫਿਲਮ ਸਟਾਰ ਜੜੀਆਂ ਨੇ ਉੱਥੇ ਬੈਠੀਆਂ ਟਵੀਟ ਕਰੀ ਜਾ ਰਹੀਆਂ ਟਵੀਟ ਦਾ ਪਤਾ ਤੁਹਾਨੂੰ ਜਿਹੜਾ ਨੈੱਟ ਉਹ ਟਵੀਟ ਕਰੀ ਜਾ ਰਹੀਆਂ ਨੇ ਬੈਠੀਆਂ ਕਿ ਬੀਬੀਆਂ ਜੜੀਆਂ ਨੇ 100-100 ਰੁਪਏ ਚ ਉੱਥੇ ਗਈਆਂ 100-100 ਰੁਪਏ ਲੈ ਕੇ ਉੱਥੇ ਗਈਆਂ ਤੇ ਮੈਂ ਉਹਨਾਂ ਨੂੰ ਇਹ ਦਿਖਾਣਾ ਚਾਹੁੰਦੀ ਆ ਕਿ ਸਾਡੀਆਂ ਬੀਬੀਆਂ ਸਵੇਰੇ ਉੱਠ ਕੇ ਕਿੰਨੀ ਮਿਹਨਤ ਕਰਦੀਆਂ 4 ਵਜੇ ਔਰ ਕਿਹੜੇ-ਕਿਹੜੇ ਕੰਮ ਕਰਦੀਆਂ ਤਾਂ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ ਦੱਸੋ ਕਿ ਸ਼ੁਰੂਆਤ ਤੁਹਾਡੀ ਕਿੰਨੇ ਵਜੇ ਹੁੰਦੀ ਕਿੰਨੇ ਵਜੇ ਉੱਠਦੇ ਹੋ ਔਰ ਤੁਸੀਂ ਕਿਹੜੇ-ਕਿਹੜੇ ਕੰਮ ਕਰਦੇ ਹੋ ਅਸੀਂ ਜੀ ਫਿਰ ਹੁਣ ਜਿਹੜੀਆਂ ਬੁੜੀਆਂ ਤੋਂ ਹੁੰਦਾ ਉਹਨਾਂ ਕਹੀ ਜਾਂਦੇ ਹੁੰਨੇ ਆ ਆ अच्छा जब तूसी थोड़ा जे जवान सिगे उदो दी सानू कहानी दसो की उदो शुरुआत तोडी किदा हुंदी सी दिन उदो दी उदो साडा जानी बहुत ज्यादा काम हुंदा सी गा करदे सी उदो किदा करदे सी गोहा गट्टा भी सड़दे सी ਧਾਰਾਂ ਡੋਕ ਕੇ ਵੀ ਚੁੰਦੇ ਸੀ ਖੇਤ ਬੰਨੇ ਰੋਟੀਆਂ ਲੈ ਕੇ ਵੀ ਜਾਂਦੇ ਸੀ ਸਾਰਾ ਕੁਛ ਹੀ ਕਰਦੇ ਸੀਗੇ ਹੁਣ ਜਨ ਦੀ ਆ ਫੋਨ ਹੋਣਾ ਹੁੰਦਾ ਨਹੀਂ ਕਰਕੇ ਵੀ ਹੁਣ ਜਿੰਨਾ ਹੁੰਦਾ ਜਿੰਨਾ ਖੁੰਦਾ ਉਹਨਾਂ ਕਾਪਾ ਕਰੀ ਜਾਂਦੇ ਆ ਖੇਤਾਂ ਚ ਵੀ ਉਦੋਂ ਕੰਮ ਕਰਦੇ ਸੀ ਉਦੋਂ ਖੇਤਾਂ ਚ ਵੀ ਜਾਂਦੇ ਸੀ ਸਾਰਾ ਕੁਛ ਹੀ ਕਰਦੇ ਸੀਗੇ ਤੇ ਹੁਣ ਗੋਹਾ ਇਥੇ ਗੋਹਾ ਛਟਾਲਿਆ ਬੁੜੰਗਾਂ ਨੂੰ ਪੱਠੇ ਪੁਆਲੇ ਨਾਲ ਰੋਟੀਆਂ ਵੀ ਨਾਲ ਪਕਵਾ ਲਈਦੀਆਂ ਸਾਰਾ ਕੁਛ ਇਹ ਹੋ ਜਾ ਕਰੀ ਕਰੇ ਕਰੇ ਕਰੀ ਜਾਈਦਾ ਤੇ ਜਾਨੀ ਜਿਹੜੇ 100 ਰੁਪਏ ਵਾਲਾ ਕਹੀ ਜਾਂਦੇ ਉਹ ਤਾਂ ਬਾਦੂ ਗੱਲ ਕਹੀ ਜਾਂਦੇ 100 ਨੂੰ ਥੋੜਾ ਬੁਢੀ ਕੋਈ ਜਾਂਦੀ ਆ 100 ਦਾ ਬਣਦਾ ਵੀ ਕੀ ਆ ਇੱਥੇ ਆਉਂਦਾ ਵੀ ਕੀ ਮਾੜੀ ਮੋੜ ਚੀਜ਼ ਵੀ ਨਹੀਂ ਆਉਂਦੀਗੀ ਤੇ ਫਿਰ ਹੁਣ ਕੰਮ ਤਾਂ ਫਿਰ ਉਹ ਜਿਹੜੇ ਮੁੰਡੇ ਦੇ ਮਗਰ ਕਰਨਾ ਪੈਂਦਾ ਸਾਰਾ ਕੁਛ ਹੀ ਕਰਨਾ ਪੈਂਦਾ ਕਹਿਣ ਦਾ ਮਤਲਬ ਹੈ ਇਹਨਾਂ ਤੋਂ ਇਹ ਪੁੱਛਣ ਦਾ ਸਵਾਲ ਮਤਲਬ ਇਹ ਸੀਗਾ ਕਿ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਬੀਬੀਆਂ ਸਾਡੀਆਂ ਉੱਥੇ ਗਈਆਂ ਨੇ ਇਹ ਬੜਾ ਬੇਤੁਕੇ ਸਵਾਲ ਨੇ ਸ਼ੁਰੂਆਤ ਇਹਨਾਂ ਨੇ ਇਹੀ ਕੀਤੀ ਕਿ 4 ਵਜੇ ਅਸੀਂ ਉੱਠਦੇ ਹਾਂ ਸੇਤ ਵੀ ਇਹਨਾਂ ਦੀ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੂੰ ਕਦੀ ਜਿਮ ਵੀ ਜਾਣ ਦੀ ਲੋੜ ਨਹੀਂ ਪਈ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਜਿਹੜਾ ਕੰਮ ਹੈ ਉਹ ਖੇਤਾਂ ਦਾ ਰਿਹਾ 4 ਵਜੇ ਉੱਠਦੇ ਨੇ ਧਾਰਾਂ ਕੱਢਦੇ ਨੇ ਖੇਤਾਂ ਵਿੱਚ ਕੰਮ ਕਰਦੇ ਨੇ ਅਗਰ ਫਿਰ ਵੀ ਅਸੀਂ ਇਹੋ ਜਿਹਿਆਂ ਬੀਬੀਆਂ ਨੂੰ ਇਹੋ ਜਿਹੇ ਬਜ਼ੁਰਗਾਂ ਨੂੰ ਜਾਂ ਨੌਜਵਾਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿ ਦਈਏ ਤਾਂ ਇਹ ਬਹੁਤ ਹੀ ਬੇਸ਼ਰਮੀ ਦੀ ਗੱਲ ਹੈ ਸੋ ਪਿੰਡ ਦੀ ਤੁਹਾਨੂੰ ਸੈਰ ਕਰਾਈ ਪਿੰਡ ਤੁਹਾਨੂੰ ਘੁਮਾਇਆ ਦਿਖਾਇਆ ਕਿ ਪਿੰਡ ਦੇ ਲੋਕ ਪਿੰਡ ਦੇ ਨੌਜਵਾਨ ਪਿੰਡ ਦੇ ਬਜ਼ੁਰਗ ਜਿਹੜੇ ਨੇ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ ਮੌਜੂਦ ਨੇ ਕੇਂਦਰ ਦੇ ਨਾਲ ਗੱਲਬਾਤ ਹੈ ਅੱਜ ਮੀਟਿੰਗ ਹੈ ਉਹਨਾਂ ਦੇ ਨਾਲ ਸੱਟਾ ਕੀ ਨਿਕਲਦਾ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਅਸੀਂ ਉਮੀਦ ਕਰਦੇ ਹਾਂ ਸਾਰਾ ਪੰਜਾਬ ਉਮੀਦ ਕਰਦਾ ਹੈ ਸਾਰਾ ਦੇਸ਼ ਉਮੀਦ ਕਰਦਾ ਹੈ ਜਿਹੜੇ ਜਿਹੜੇ ਵੀ ਕਿਸਾਨਾਂ ਦੇ ਨਾਲ ਇਸ ਟਾਈਮ ਖੜੇ ਨੇ ਚਾਹੇ ਉਹ ਰਾਜਸਥਾਨ ਹੋਵੇ ਹਰਿਆਣਾ ਹੋਵੇ ਯੂਪੀ ਹੋਵੇ ਬਿਹਾਰ ਹੋਵੇ ਜਿਹੜੇ ਵੀ ਖੜੇ ਨੇ ਉਮੀਦ ਇਹੀ ਕਰਦੇ ਨੇ ਕਿ ਸੱਟਾ ਜਲਦੀ ਨਿਕਲੇ ਕਾਲੇ ਕਾਨੂੰਨ ਖਤਮ ਹੋਣ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਹੋਣ ਇਹ ਜਿਹੜੇ ਤਿੰਨ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਸਾਡਾ ਜੜਾ ਆ ਕਿਸਾਨ ਵਾਪਸ ਆ ਸਕੇ ਔਰ ਫਿਰ ਤੋਂ ਇਹ ਜਿਹੜਾ ਪਿੰਡ ਹੈ ਹਰਿਆ ਭਰਿਆ ਸਾਨੂੰ ਦਿਖੇ ਔਰ ਉਹੀ ਰੌਣਕਾਂ ਸੀ ਦੁਬਾਰਾ ਦੇਖੀ ਇਸ ਨਾਲ ਹੀ ਦੀ ਇਜਾਜ਼ਤ ਕੈਮਰਾਮੈਨ ਹਿੰਮਤ ਦੇ ਨਾਲ ਬਬੀਤਾ ਦੈਨਿਕ ਸਵੇਰਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर चौरानवे छह सौ संताली चौरासी तीन